ਵਾਰ 11ਵੀਂ ਪੌੜੀ 10ਵੀਂ ਚੰਦਨ ਵਾਸ ਵਨਸਪਤ ਬਾਵਨ ਚੰਦਨ ਚੰਦਨ ਹੋਈ ਫਲ ਬਿਨ ਚੰਦਨ ਬਾਵਨਾ ਆਦਿ ਅਨਾਦ ਬੇਅੰਤ ਸਦੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 10ਵੀਂ ਪੌੜੀ ਅਤੇ ਅੱਜ ਜਿਹੜੀ ਆਪਣੀ 10ਵੀਂ ਪੌੜੀ ਹੈ ਇਹਦੇ ਵਿੱਚ ਚਾਰ ਪ੍ਰਕਾਰ ਦੇ ਗੁਰੂ ਦੱਸੇ ਨੇ। ਸੋ 4 ਟਾਈਪਸ ਆਫ ਗੁਰੂ। ਸੋ ਚਾਰ ਪ੍ਰਕਾਰ ਦੇ ਗੁਰੂ ਹੁੰਦੇ ਨੇ ਇਸ ਸੰਸਾਰ ਦੇ ਵਿੱਚ। ਅਤੇ ਇਹੀ ਜਿਹੜੀ ਪੌੜੀ ਇੱਥੇ ਤੁਸੀਂ ਸਰਵਣ ਕਰਨ ਜਾ ਰਹੇ ਹੋ ਇਹ ਸੇਮ ਇੱਕ ਪ੍ਰਸੰਗ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਆਉਂਦਾ ਹੈ। ਇਹ ਪ੍ਰਸੰਗ ਜਿਹੜਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਰਾਸ 5ਵੀਂ ਅਸੋਂ 46। ਸੋ ਉਹਦੇ ਵਿੱਚ ਇਹ ਜਿਹੜੇ ਹਨ ਇੱਕ ਪ੍ਰਸੰਗ ਵੈਰੀ ਸਿਮੀਲਰ ਟੂ ਦਿਸ। ਸੋ ਇਹ ਜਿਹੜਾ ਪ੍ਰਸੰਗ ਦੇ ਵਿੱਚ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ। ਸੋ ਜੇ ਆਪਾਂ ਜਿਹੜਾ ਹੈ ਉਸ ਅਧਿਆਏ ਵੱਲ ਦੇਖੀਏ ਤਾਂ ਉਹਦੇ ਵਿੱਚ ਆਉਂਦਾ ਹੈ ਸਤਿਗੁਰੂ ਕਿਸ ਬਿਦ ਸਿੱਖ ਉਧਾਰ ਹੈ। ਕਹਿੰਦੇ ਕਿ ਸਿੱਖਾਂ ਨੇ ਇੱਕ ਵਾਰੀ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਕਿ ਜਿਹੜੇ ਨੇ ਨਾ ਕਹਿੰਦੇ ਸਤਿਗੁਰੂ ਜੀ ਸਿੱਖਾਂ ਦਾ ਕਿਵੇਂ ਉਧਾਰ ਹੋਵੇਗਾ, ਸਿੱਖਾਂ ਕਿਵੇਂ ਲਿਬਰੇਟ, ਸਿੱਖ ਕਿਵੇਂ ਲਿਬਰੇਟ ਹੋ ਸਕਦੇ ਹਨ। ਅਵਗਨ ਪਰ ਹਰ ਗੁਣ ਨਿਸਤਾਰ ਹੈ। ਕਹਿਣਗੇ ਕੌਣ ਆ ਉਹ ਐਸਾ ਗੁਰੂ ਜਿਹੜੇ ਆਪਣੇ ਵਿੱਚੋਂ ਵਾਇਸਸ ਨੂੰ ਕੱਢ ਕੇ ਆਪਾਂ ਨੂੰ ਗੁਣ ਦੇਵੇ, ਔਗਣਾਂ ਨੂੰ ਕੱਢ ਕੇ ਆਪਾਂ ਨੂੰ ਗੁਣ ਦੇਵੇ, ਦ ਵਨ ਹੂ ਕੈਨ ਕੋਰੈਕਟ ਅਸ। ਸੋ ਜਿਹੜਾ ਕਿ ਆਪਾਂ ਨੂੰ ਆਪਣੀ ਬਿਰਤੀਆਂ ਨੂੰ ਜਿਹੜਾ ਹੈ ਆਪਣੀ ਥਿੰਕਿੰਗ ਨੂੰ ਚੇਂਜ ਕਰ ਸਕੇ। ਸੋ ਇਹ ਸਵਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਕੀਤਾ। ਸੁਣ ਸ੍ਰੀ ਹਰਗੋਬਿੰਦ ਉਚਾਰਾ, ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਸੁਣ ਕੇ ਉਚਾਰਨ ਕੀਤਾ। ਹੋਤ ਸਤਿਗੁਰੂ ਚਾਰ ਪ੍ਰਕਾਰਾ, ਕਹਿੰਦੇ ਚਾਰ ਤਰ੍ਹਾਂ ਦੇ ਗੁਰੂ ਹੁੰਦੇ ਨੇ। ਸੋ ਸ੍ਰੀ ਨਾਨਕ ਚਾਰੋ ਮਹਿ ਵੱਡੇ, ਕਹਿੰਦੇ ਗੁਰੂ ਨਾਨਕ ਮਹਾਰਾਜ ਚਾਰਾਂ ਤੋਂ ਵੱਡੇ ਨੇ। ਦੇ ਆਰ 4 ਟਾਈਪਸ ਬਟ ਗੁਰੂ ਨਾਨਕ ਇਜ਼ ਸੁਪਰੀਮ ਫਰੋਮ ਐਵਰੀ ਵਨ ਐਲਸ। ਅਤੇ ਜਿਨ ਕੇ ਨਾਮ ਸੁਣਤ ਜੰਮ ਛੱਡੇ, ਕਹਿੰਦੇ ਗੁਰੂ ਨਾਨਕ ਤਾਂ ਐਡਾ ਵੱਡਾ ਹੈ ਕਿ ਜੇ ਕਿਤੇ ਗੁਰੂ ਨਾਨਕ ਦਾ ਨਾਮ ਵੀ ਸੁਣ ਲਵੇ ਨਾ ਇੰਜਲਸ ਆਫ ਡੈਥ ਵਿਲ ਜਸਟ ਡਿਸਅਪੀਅਰ। ਜੇ ਤੁਹਾਨੂੰ ਕਿਤੇ ਵੀ ਐਸਾ ਜੇ ਭੂਤ ਦਿਸੇ ਜਾਂ ਤੁਸੀਂ ਗੁਰੂ ਨਾਨਕ ਦਾ ਨਾਂ ਲੈ ਦਿਓ ਪਰ ਤੱਕ ਤੁਹਾਨੂੰ ਦਿਸੇਗਾ, ਯੂ ਕੈਨ ਐਕਸਪੀਰੀਅੰਸ ਦ ਥਿੰਗ ਵਿਲ ਜਸਟ ਗੋ। ਸੋ ਕਹਿੰਦੇ ਗੁਰੂ ਨਾਨਕ ਦਾ ਨਾਮ ਹੀ ਐਸਾ ਪਾਵਰਫੁੱਲ ਹੈ। ਅਤੇ ਕਹਿੰਦੇ ਇੱਕ ਗੁਰੂ ਭਰਿੰਗੀ ਕੇ ਸਮ ਹੋਏ, ਕਹਿਣਗੇ ਇੱਕ ਜਿਹੜਾ ਨਾ ਗੁਰੂ ਹੁੰਦਾ ਹੈ ਭਰਿੰਗੀ ਦੀ ਤਰ੍ਹਾਂ। ਭਰਿੰਗੀ ਇੱਕ ਕੀੜਾ ਹੁੰਦਾ ਹੈ ਵਿਚ ਇਸ ਕਾਲਡ ਭਰਿੰਗੀ। ਇਹ ਭਰਿੰਗੀ ਕੀੜਾ ਜਿਹੜਾ ਹੈ ਐਸਾ ਹੈ ਕਿਸੇ ਜਾਤ ਕੋ ਲੇ ਕਿਰਮ ਸੋਏ, ਕਹਿਣਗੇ ਦੂਜੇ ਤਰ੍ਹਾਂ ਦੇ ਕੀੜੇ ਲੈ ਕੇ ਦ ਅਦਰ ਟਾਈਪਸ ਆਫ ਇਨਸੈਕਟਸ ਅ ਸਪੈਸੀਫਿਕ ਟਾਈਪਸ ਆਫ ਇਨਸੈਕਟਸ ਵਿਚ ਆਰ ਨੋਟ ਭਰਿੰਗੀ। ਸੋ ਦ ਭਰਿੰਗੀ ਵਿਲ ਬ੍ਰਿੰਗ ਦੈਮ ਅਲੋਂਗ ਐਂਡ ਦੈਨ ਨਿਜ ਘਰ ਧਰ ਦਰ ਪਰ ਥਿਰ ਕਣੇ, ਉਹਨਾਂ ਨੂੰ ਆਪਣੇ ਘਰ ਵਿੱਚ ਇਕੱਠੇ ਕਰ ਲੈਂਦਾ ਭਰਿੰਗੀ, ਹੋਰ ਤਰ੍ਹਾਂ ਦੇ ਇਨਸੈਕਟਸ ਨੂੰ, ਹੋਰ ਤਰ੍ਹਾਂ ਦੇ ਕੀੜੇ ਮਕੌੜਿਆਂ ਨੂੰ ਆਪਣੇ ਘਰ 'ਚ ਇਕੱਠੇ ਕਰਕੇ ਕਹਿੰਦੇ ਕਿਰਮ ਧਿਆਨ ਧਰ ਭਰਿੰਗੀ ਬਣੇ। ਇਹ ਭਰਿੰਗੀ ਕੈਸਾ ਹੈ, ਇਹ ਫਿਰ ਉਹ ਕੀੜਿਆਂ ਦਾ ਧਿਆਨ ਧਰਦਾ ਹੈ। ਹੀ ਵਿਲ ਫੋਕਸ ਔਨ ਦੈਟ ਮੈਨੀ ਟਾਈਪਸ ਆਫ ਇਨਸੈਕਟਸ, ਕੀ ਹੁੰਦਾ ਉਹਨਾਂ ਨੂੰ ਭਰਿੰਗੀ ਬਣਾ ਲੈਂਦਾ, ਆਪਣੇ ਵਰਗਾ ਹੀ ਬਣਾ ਲੈਂਦਾ। ਉਹਦੇ ਵਿੱਚ ਇਹ ਸ਼ਕਤੀ ਹੈ। ਦੇਖੋ ਇੱਕ ਇਨਸੈਕਟ ਦੇ ਵਿੱਚ ਵੀ ਇਹ ਸ਼ਕਤੀ ਹੈਗੀ ਹੈ ਜਿਹੜਾ ਦੂਜੇ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਸਿਰਫ ਧਿਆਨ ਵਿੱਚ ਰੱਖ ਕੇ। ਫਿਰ ਕਹਿੰਦੇ ਕਿਸੇ ਜਾਤ ਕ੍ਰਿਮ ਨਿੱਜ ਸਮ ਕਰੇ, ਪਰ ਇਹਦੀ ਲਿਮਿਟੇਸ਼ਨ ਕੀ ਹੈ, ਇਹ ਹਰ ਇੱਕ ਇਨਸੈਕਟ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ। ਦੇ ਓਨਲੀ ਸਪੈਸੀਫਿਕ ਟਾਈਪ ਆਫ ਭਰਿੰਗੀ ਦੈਟ ਹੀ ਕੈਨ ਮੇਕ ਟੂ ਸੂਟ ਟੂ ਹਿਮਸੈਲਫ ਟੂ ਬੀ ਲਾਈਕ ਹਿਮ। ਫਿਰ ਕਹਿੰਦੇ ਨਹਿ ਸਭ ਬਣੈ ਸੋ ਜਾਣੀ ਪਰੈ, ਹਰ ਕੋਈ ਇਨਸੈਕਟ ਭਰਿੰਗੀ ਨਹੀਂ ਬਣ ਸਕਦਾ ਐਂਡ ਆਫ ਦ ਡੇ। ਜਿਵੇਂ ਉੱਥੇ ਇਹਨੇ 100 ਇਨਸੈਕਟ ਇਕੱਠੇ ਕੀਤੇ, ਉਹਨਾਂ ਵਿੱਚ ਕੀਤਾ 20 ਬਣ ਜਾਣਗੇ, 10 ਬਣ ਜਾਣਗੇ, ਬਾਕੀ 90 ਜਾਂ 80 ਨਹੀਂ ਬਣ ਸਕਦੇ, ਬਿਕੋਜ਼ ਇਹਦਾ ਇਹ ਹੈ। ਸੋ ਕਹਿੰਦੇ ਇੱਕ ਤਰ੍ਹਾਂ ਦੇ ਭਰਿੰਗੀ ਗੁਰੂ ਹੁੰਦੇ ਨੇ। ਭਰਿੰਗੀ ਗੁਰੂ ਕੈਨ ਓਨਲੀ ਵਰਕ ਫੋਰ ਸਰਟਨ ਪੀਪਲ, ਸਰਟਨ ਪੀਪਲ ਇਨ ਸਰਟਨ ਏਰੀਅਸ ਅੰਡਰ ਸਰਟਨ ਪ੍ਰੋਫੈਸ਼ਨ। ਉਹ ਜਿਹੜੇ ਹਨ ਗੁਰੂ ਉਹ ਛੋਟੇ ਛੋਟੇ ਇਲਾਕਿਆਂ ਵਿੱਚ ਆਪਣਾ ਪਾਵਰ ਦਿਖਾ ਲੈਂਦੇ ਨੇ, ਉਹ ਸਰਟਨ ਪੀਪਲ ਦੇ ਗੁਰੂ ਬਣ ਜਾਂਦੇ ਬਿਕੋਜ਼ ਦੇ ਹੈਵ ਲਿਮਿਟਡ ਵਿਜ਼ਡਮ, ਉਹਨਾਂ ਦਾ ਨੌਲੇਜ ਵੀ ਉਨਾ ਕੁ ਹੁੰਦਾ, ਉਹਨਾਂ ਦੀ ਕਮਾਈ ਵੀ ਉਨੀ ਕੁ ਹੁੰਦੀ ਹੈ। ਨਾਓ ਸੈਕਿੰਡ ਟਾਈਪਸ ਆਫ ਗੁਰੂ, ਕਹਿੰਦੇ ਇੱਕ ਐਸੇ ਵੀ ਨੇ ਇੱਕ ਗੁਰੂ ਪਾਰਸ ਕੇ ਸਮ ਹੈ। ਸੋ ਆਪਾਂ ਇਹ ਵਿਚਾਰ ਕਰ ਲਈਏ ਫਿਰ ਦੂਜੀ ਜਿਹੜੀ ਕਥਾ ਬਹੁਤ ਸੌਖੀ ਸਮਝ ਆ ਜਾਏਗੀ। ਕਹਿੰਦੇ ਇੱਕ ਗੁਰੂ ਪਾਰਸ ਦੀ ਤਰ੍ਹਾਂ ਹੈ, ਪਾਰਸ ਐਸ ਯੂ ਨੋ ਦ ਵੱਟੀ ਇੱਕ ਜਿਹੜੀ ਹੈ ਜਿਹਨੂੰ ਫਿਲੋਸੋਫਿਕਲ ਜਿਹੜਾ ਹਸਤਿਕ ਵੀ ਕਿਹਾ ਜਾਂਦਾ ਹੈ, ਅਤੇ ਜਿਹੜਾ ਕਿ ਟੱਚ ਕਰਕੇ 8 ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ, ਰਾਈਟ, ਯੂ ਰਿਮੈਂਬਰ ਦੈਟ ਨਾ। ਸੋ 8 ਟਾਈਪਸ ਆਫ ਮੈਟਲ ਵੀ ਬਿਕਮ ਗੋਲ ਬਾਈ ਜਸਟ ਅ ਟੱਚ ਆਫ ਪਾਰਸ। ਸੋ ਕਹਿੰਦੇ ਇੱਕ ਪਾਰਸ ਗੁਰੂ ਹੁੰਦੇ ਨੇ। ਕਹਿੰਦੇ ਕਿਸ ਧਾਤੂ ਕੇ ਸੰਗਤ ਜੇ ਛੂ ਹੈ, ਕਹਿਣਗੇ ਜੇ ਉਹ 8 ਧਾਤਾਂ ਦੇ ਇੱਕ ਵੀ ਤਰ੍ਹਾਂ ਦੇ ਜਿਹੜੇ ਹਨ ਮਟੀਰੀਅਲ ਨੂੰ ਟੱਚ ਕਰ ਦਿੰਦਾ ਹੈ, ਇਟ ਬਿਕਮਸ ਗੋਲਡ। ਪਰ ਕਹਿੰਦੇ ਤਿਸਕੋ ਕੰਚਨ ਦੇਤ ਬਣਾਏ, ਉਹਨੂੰ ਕੰਚਨ ਸੋਨਾ ਬਣਾ ਦਿੰਦਾ ਹੈ, ਪਰ ਓਨਲੀ 8 ਟਾਈਪਸ ਆ। ਫਿਰ ਕਹਿੰਦੇ ਨਿਜ ਗੁਣ ਦੇਤੇ ਨਹੀਂ ਕਦਾਇਚ
ਪਰ ਉਹਨੂੰ ਜਿਹੜਾ ਹੁਣ ਸੋਨਾ ਬਣਿਆ ਹੈ, ਦੈਟ ਸੇਮ ਸੋਨਾ ਕੈਨ ਨੋਟ ਟੱਚ ਅਨਦਰ ਮੈਟਲ ਟੂ ਬਿਕਮ ਸੋਨਾ, ਉਹ ਮੁੜ ਕੇ ਉਹ ਚੀਜ਼ ਨਹੀਂ ਬਣਦੀ। ਪਾਰਸ ਇੱਕ ਮਟੀਰੀਅਲ ਨੂੰ ਗੋਲ ਬਣਾ ਸਕਦਾ ਹੈ, ਬਟ ਪਾਰਸ ਕੈਨ ਨੋਟ ਕ੍ਰੀਏਟ ਅਨਦਰ ਪਾਰਸ। ਸੋ ਇਟ ਮੀਨਸ ਦ ਗੁਰੂ ਕੈਨ ਓਨਲੀ ਕ੍ਰੀਏਟ, ਕੈਨ ਓਨਲੀ ਜਿਹੜਾ ਹੈ ਸਿੱਖ ਜਿਹੜੇ ਹਨ ਸਪੈਸੀਫਿਕ ਤਰ੍ਹਾਂ ਦੇ ਸਿੱਖਾਂ ਨੂੰ ਆਪਣੇ ਸਿੱਖ ਬਣਾ ਸਕਦਾ ਹੈ, ਚੇਲੇ ਬਣਾ ਸਕਦਾ ਹੈ, ਉਹਨਾਂ ਨੂੰ ਲਿਬਰੇਟ ਕਰ ਸਕਦਾ ਹੈ, ਬਟ ਨੋਟ ਐਵਰੀ ਵਨ। ਅਤੇ ਉਹ ਕਿਤੇ ਵੀ ਆਪਣੇ ਵਰਗਾ ਗੁਰੂ ਨਹੀਂ ਬਣਾ ਸਕਦਾ, ਜਿਵੇਂ ਪਾਰਸ ਪਾਰਸ ਨਹੀਂ ਬਣਾ ਸਕਦਾ। ਓਕੇ, ਹੁਣ ਅੱਗੇ ਚੱਲੀਏ। ਕਹਿੰਦੇ ਇੱਕ 52 ਚੰਦਨ ਸਮਹੋਤ, ਇੱਕ ਕਹਿੰਦੇ 52 ਚੰਦਨ ਸੈਂਡਲਵੁੱਡ ਵਰਗਾ ਗੁਰੂ ਹੁੰਦਾ ਹੈ। ਅਤੇ ਕਹਿੰਦੇ ਜਬ ਤਿਸ ਪਰ ਰਿਤ ਹੁਤੇ ਉਦੋਤ, ਕਹਿੰਦੇ ਕਿ ਸਰਟਨ ਸੀਜ਼ਨ ਆਉਂਦੀ ਹੈ ਜਦੋਂ ਚੰਦਨ ਆਪਣੀ ਫ੍ਰੈਗਨੈਂਸ ਨੂੰ ਆਪਣੇ ਆਲੇ ਦੁਆਲੇ ਸਾਰਿਆਂ ਨੂੰ ਦਿੰਦਾ ਹੈ। ਸੋ ਚੰਦਨ ਜਿਹੜਾ ਹੈ ਅੰਡਰ ਅ ਸਪੈਸੀਫਿਕ ਸੀਜ਼ਨ, ਜਿਵੇਂ ਆਪਾਂ ਕਹਿੰਦੇ ਬਸੰਤ ਰੁੱਤ ਦੇ ਵਿੱਚ ਜਾਂ ਸਪਰਿੰਗ ਦੇ ਵਿੱਚ, ਉਹ ਆਪਣੀ ਵਾਸ਼ਨਾ ਸਾਰਿਆਂ ਨੂੰ ਦਿੰਦਾ। ਸੋ ਕਹਿੰਦੇ ਨਿਕਟ ਬ੍ਰਿਛ ਚੰਦਨ ਕਰ ਲੇਤ, ਸਾਰੇ ਜਿਹੜੇ ਆਲੇ ਦੁਆਲੇ ਦਰਖਤ ਹੁੰਦੇ ਨੇ ਸਾਰਿਆਂ ਤੋਂ ਚੰਦਨ ਦੀ ਵਾਸ਼ਨਾ ਆਉਣੀ ਸ਼ੁਰੂ ਹੋ ਜਾਂਦੀ ਹੈ। ਬਟ ਕਹਿੰਦੇ ਰੁੱਤ ਨਹਿ ਸੁਤ ਸੁਗੰਧਤਾ ਦੇਤ, ਪਰ ਕਹਿੰਦੇ ਇਨ ਸਰਟਨ ਸੀਜ਼ਨ ਓਨਲੀ। ਸੋ ਕਈ ਗੁਰੂ ਕਿਹੜੇ ਕੁਝ ਕੁ ਸਮੇਂ ਵਿੱਚ ਉਹ ਆਪਣੇ ਸਿੱਖਾਂ ਨੂੰ ਲਿਬਰੇਟ ਕਰ ਸਕਦੇ, ਬਟ ਨੋਟ ਆਲ ਦ ਟਾਈਮ, ਉਹਨਾਂ ਕੋਲ ਲਿਮਿਟੇਸ਼ਨ ਹੁੰਦੇ ਨੇ। ਦੂਜੀ ਗੱਲ, ਬੈਂਬੂ ਨੂੰ ਕਿਤੇ ਵੀ ਜਿਹੜਾ ਹੈ ਉਹ ਜਿਹੜਾ ਹੈ ਚੰਦਨ ਕਿਤੇ ਵੀ ਬੈਂਬੂ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ, ਉਹਨੂੰ ਸੁਗੰਧ ਨਹੀਂ ਦੇ ਸਕਦਾ। ਸੋ ਨਾ ਇੱਕ ਸਤਿਗੁਰੂ ਹੈ ਦੀਪਕ ਸਮਾਨ, ਕਹਿੰਦੇ ਕਿ ਇੱਕ ਹੋਰ ਗੁਰੂ ਹੈ ਦੀਵੇ ਦੀ ਤਰ੍ਹਾਂ, ਅ ਲਾਈਟ ਦੀਵਾ ਹੈ ਨਾ। ਸੋ ਲੈਂਪ ਕਹਿ ਲਈਏ, ਇੱਕ ਲੈਂਪ ਦੀ ਤਰ੍ਹਾਂ ਇੱਕ ਗੁਰੂ ਹੈ, ਕਹਿੰਦੇ ਤਿਸ ਜਾਂ ਤਿਸ ਨੂੰ ਮਿਲ ਹੈ ਜੇ ਦੀਪਕ ਆਨ। ਓਕੇ, ਹੁਣ ਇੱਕ ਦੀਪਕ ਜਗਦਾ ਹੈ, ਦੂਜਾ ਦੀਪਕ ਉਹਦੇ 'ਚ ਤੇਲ ਹੈਗਾ, ਬੱਤੀ ਹੈਗੀ ਹੈ। ਐਂਡ ਜਿਵੇਂ ਹੁਣ ਤੁਸੀਂ ਲੈ ਲਓ ਕੈਂਡਲ, ਦਾ ਕੈਂਡਲ ਇਜ਼ ਓਕੇ, ਯੂਜ਼ਬਲ, ਵੈਰੀ ਗੁੱਡ, ਸੋ ਬਟ ਇਟਸ ਨੋਟ ਲਾਈਟਡ। ਸੋ ਜਿਹੜੀ ਲਾਈਟਡ ਕੈਂਡਲ ਹੈ ਉਹਦੇ ਕੋਲ ਲੈ ਜਾਓ, ਉਹਨੂੰ ਲਾਈਟ ਕਰ ਸਕਦੇ ਹਾਂ। ਸੋ ਇਟ ਮੀਨਸ ਦੈਟ ਥਾਊਜ਼ੰਡਸ ਐਂਡ ਮਿਲੀਅਨਸ ਹੋਰ ਕੈਂਡਲਸ, ਇੱਕ ਕੈਂਡਲ ਦੀ ਲਾਈਟ ਤੋਂ ਕਿੰਨੀਆਂ ਕੈਂਡਲਸ ਜਗ ਸਕਦੀਆਂ ਨੇ। ਸੋ ਦੈਟ ਟਾਈਪ ਆਫ ਗੁਰੂ ਆਪਣੇ ਸਮ ਹੀ ਲੇਤ ਬਣਾਏ, ਕਹਿੰਦੇ ਕਿ ਦੀਪਕ ਗੁਰੂ ਕੀ ਕਰਦਾ, ਉਹ ਆਪਣੇ ਵਰਗਾ ਹੀ ਦੂਜੇ ਨੂੰ ਬਣਾ ਲੈਂਦਾ ਹੈ। ਬਟ ਦ ਕੰਡੀਸ਼ਨ ਇਜ਼ ਐਵਰੀਥਿੰਗ ਐਸ ਮਸਟ ਬੀ ਰੇਡੀ। ਜੇ ਕਿਤੇ ਤੁਹਾਡੇ ਕੋਲ ਕੈਂਡਲ ਹੈਗੀ ਆ ਉਹਦੇ ਵਿੱਚ ਲਿਟ ਹੈ ਨਹੀਂ ਕਿ ਨਹੀਂ ਬਣਨਾ ਕੰਮ, ਜੇ ਤੁਹਾਡੇ ਕੋਲ ਲੈਂਪ ਹੈਗਾ ਉਹਦੇ 'ਚ ਤੇਲ ਹੈ ਨਹੀਂ ਬੱਤੀ ਹੈ ਨਹੀਂ ਕੰਮ ਬਣਨਾ। ਜੇ ਸਭ ਕੁਝ ਤਿਆਰ ਆ ਤਾਂ ਸਿਰਫ ਤੁਹਾਨੂੰ ਲਾਈਟ ਦੇਣ ਵਾਸਤੇ ਉਹ ਗੁਰੂ ਕਰ ਸਕਦਾ ਹੈ, ਦੈਟ ਇਜ਼ ਕਾਲਡ ਦੀਪਕ ਗੁਰੂ। ਸੋ ਇੱਥੇ ਕਹਿੰਦੇ ਬਾਤੀ ਤੇਲ ਜੇ ਸਹਿਤ ਮਿਲਾਏ, ਕਹਿਣਗੇ ਜੇ ਬਾਤੀ ਤੇਲ ਹੈਗਾ ਤਾਂ ਬਣੇਗਾ। ਦੈਟ ਮੀਨਸ ਇਫ ਏ ਪਰਸਨ ਦੈਟ ਹੀ ਡਜ਼ਨਟ ਹੈਵ ਐਨੀ ਨੌਲੇਜ, ਕੁਛ ਵੀ ਨਹੀਂ ਹੈਗਾ ਉਹਦੇ ਕੋਲ, ਬਿਲਕੁਲ ਜ਼ੀਰੋ, ਗੁਰੂ ਉਹਦਾ ਕੁਛ ਨਹੀਂ ਕਰ ਸਕਦਾ। ਦਿਸ ਟਾਈਪ ਆਫ ਗੁਰੂ ਕੈਨ ਓਨਲੀ ਬੀ ਯੂਜ਼ਫੁਲ ਫੋਰ ਦੋਸ ਕਾਇੰਡ ਆਫ ਪੀਪਲ ਹੂ ਆਰ ਰੇਡੀ ਓਲਰੇਡੀ ਇਨ ਦੈਟ ਲੈਵਲ। ਸੋ ਦੇ ਜਸਟ ਹੈਵ ਟੂ ਇਗਨਾਈਟ ਦੇਅਰ ਐਂਡ ਐਨਲਾਈਟਨ ਦੈਮ ਸਪਿਰਿਚੁਅਲੀ, ਬਸ ਉਹ ਕੰਮ ਕਰ ਸਕਦਾ। ਬਟ ਯੂ ਹੈਵ ਟੂ ਰੀਚ ਟੂ ਦੈਟ ਲੈਵਲ, ਓਨਲੀ ਦੈਨ ਦ ਗੁਰੂ ਕੈਨ ਹੈਲਪ ਯੂ, ਅਦਰਵਾਈਜ਼ ਦ ਗੁਰੂ ਕੈਨ ਨੋਟ ਹੈਲਪ ਯੂ। ਸੋ ਇਹ ਦੀਪਕ ਗੁਰੂ ਨੇ, ਅਤੇ ਇਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਪਰਮ ਕਿਰਪਾਲ, ਕਹਿੰਦੇ ਗੁਰੂ ਨਾਨਕ ਬਹੁਤ ਕਿਰਪਾਲੂ ਨੇ, ਬੜੇ ਕਿਰਪਾ ਕਰਨ ਵਾਲੇ ਨੇ। ਕਹਿੰਦੇ ਹੋਏ ਜੇ ਸਿੱਖ ਸ਼ਰਧਾ ਕੇ ਨਾਲ, ਜੇ ਕਹਿੰਦੇ ਉਹਦੀ ਸ਼ਰਧਾ ਦੇ ਨਾਲ ਜੇ ਗੁਰੂ ਨਾਨਕ ਦਾ ਕੋਈ ਸਿੱਖ ਬਣ ਜਾਵੇ, ਸੁਣੋ ਪੱਠੇ ਸਤਿਗੁਰੂ ਕੀ ਬਾਣੀ। ਸੋ ਸਿੱਖ ਨੂੰ ਚਾਹੀਦਾ ਵੀ ਗੁਰੂ ਦੀ ਬਾਣੀ ਨੂੰ ਪੜ੍ਹੇ ਅਤੇ ਸੁਣੇ, ਅਤੇ ਸਨੇ ਸਨੇ ਹੋਵੇ ਬ੍ਰਹਮ ਗਿਆਨੀ। ਹੌਲੀ ਹੌਲੀ ਸਿੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ ਗੁਰਬਾਣੀ ਪੜ੍ਹ ਕੇ, ਨਾਮ ਜਪ ਕੇ। ਅਤੇ ਕਹਿੰਦੇ ਆਨੰਦ ਆਤਮ ਸੋ ਬਣ ਜਾਏ, ਕਹਿੰਦੇ ਫਿਰ ਉਹਨੂੰ ਆਪਣਾ ਆਤਮਾ ਦਾ ਆਨੰਦ ਉਹਨੂੰ ਮਿਲਣਾ ਸ਼ੁਰੂ ਹੁੰਦਾ। ਹੀ ਕੈਨ ਰੀਅਲਾਈਜ਼ ਦੈਟ ਹਿਸ ਆਤਮਾ ਹਿਮਸੈਲ, ਹਿਸ ਗੋਡ ਹਿਮਸੈਲ। ਫਿਰ ਕਹਿੰਦੇ ਚਹੇ ਸੋ ਅਪਰਨ ਤਥਾ ਬਣਾਏ, ਕਹਿੰਦੇ ਕਿ ਫਿਰ ਇਹੀ ਜਿਹੜਾ ਗੁਰੂ ਨਾਨਕ ਹੈ ਜਿਹਨੂੰ ਚਾਹੇ ਆਪਣੇ ਵਰਗਾ ਬਣਾ ਸਕਦਾ। ਦੈਟਸ ਹਾਓ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਗੁਰੂ ਅੰਗਦ ਬਣਾ ਲਿਆ, ਗੁਰੂ ਅੰਗਦ ਨੇ ਗੁਰੂ ਅਮਰਦਾਸ ਬਣਾ ਲਿਆ, ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਬਣਾ ਲਿਆ, ਬਿਕੋਜ਼ ਦੇ ਹੈਡ ਦ ਪਾਵਰ। ਸੀ ਲਾਈਕ ਪਾਰਸ ਕੈਨ ਨੋਟ ਕ੍ਰੀਏਟ ਅਨਦਰ ਪਾਰਸ। ਹਾਂਜੀ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਗੁਰੂ ਕੋਲ ਸ਼ਕਤੀ ਹੈ, ਗੁਰੂ ਨਾਨਕ ਇੱਕ ਗੁਰੂ ਨਾਨਕ ਨੂੰ ਕ੍ਰੀਏਟ ਕਰ ਸਕਦਾ ਹੈ, ਉਹਦੇ ਵਿੱਚ ਇਹ ਹੈਗੀ ਹੈ। ਕਹਿੰਦੇ ਨਹੀਂ ਸ਼ਰਧਾ ਚਾਹੀਏ ਕੋਈ, ਦੇਖੋ ਗੁਰੂ ਨਾਨਕ ਤਾਂ ਐਸਾ ਹੈ, ਜੇ ਕਿਸੇ ਵਿੱਚ ਸ਼ਰਧਾ ਪੂਰੀ ਵੀ ਨਹੀਂ ਹੈ, ਯੂ ਡੋਂਟ ਹੈਵ ਇਨਫ ਫੇਥ ਫੋਰ ਹਿਮ, ਸਟਿਲ ਹੀ ਕੈਨ ਹੈਲਪ ਹਿਮ। ਆਲਦੋ ਯੂ ਆਰ ਦ ਵਿਕਟ ਪਰਸਨ ਇਨ ਦ ਵਰਲਡ, ਤੁਸੀਂ ਪਾਪੀ ਹੋ, ਪਾਪ ਕਰਦੇ ਹੋ, ਗੁਰੂ ਨਾਨਕ ਇੱਕ ਨਿਗਾਹ ਪਾ ਕੇ ਤੁਹਾਨੂੰ ਤਾਰ ਸਕਦਾ। ਹੀ ਹੈਜ਼ ਦੈਟ ਕਾਈਂਡ ਆਫ ਪਾਵਰਸ, ਹੀ ਕੈਨ ਡੂ ਈਵਨ ਦੈਟ। ਸੋ ਇੱਥੇ ਕਹਿੰਦੇ ਮੇਲੀ ਸਾਧ ਸੰਗਤ ਕੋ ਹੋਏ, ਕਹਿਣਗੇ ਮੇਲੀ ਸਾਧ ਸੰਗਤ ਵਿੱਚ ਮਿਲ ਕੇ, ਜਿਹੜਾ ਸਾਧ ਸੰਗਤ ਦਾ ਪਾਰਟੀਸਪੇਟ ਕਰਦਾ ਸਾਧ ਸੰਗਤ ਦੇ ਵਿੱਚ, ਇਸ 'ਤੇ ਹੀ ਪ੍ਰਾਪਤ ਕਲਿਆਣ, ਕਹਿੰਦੇ ਇਹਦੇ ਤੋਂ ਮੁਕਤੀ ਮਿਲਦੀ ਹੈ। ਜਨਮ ਮਰਨ ਕੇ ਬੰਧਨ ਹਨ, ਉਹਨਾਂ ਦੇ ਜਨਮ ਅਤੇ ਮਰਨ ਦੇ ਬੰਧਨ ਟੁੱਟ ਜਾਂਦੇ ਨੇ। ਸੋ ਇਹ ਸਾਖੀ ਆਉਂਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਰਾਸ 5,
ਤੇ ਚੈਪਟਰ ਜਿਹੜਾ ਸੀਗਾ 46 ਅੰਸੂ 46। ਸੋ ਹੁਣ ਆਪਾਂ ਭਾਈ ਗੁਰਦਾਸ ਦੀ ਇਹ 11ਵੀਂ ਵਾਰ ਦੀ ਆਪਾਂ ਵਿਚਾਰ ਕਰੀਏ, ਇੱਥੇ ਥੋੜਾ ਜਿਹਾ ਡਿਫਰੈਂਟ ਹੈ ਉਹਦਾ ਆਪਾਂ ਵਿਚਾਰ ਕਰਾਂਗੇ। ਚਲੋ ਜੀ। ਚੰਦਨ ਵਾਸ ਬਨਸਪਤ ਬਾਵਨ ਚੰਦਨ ਚੰਦਨ ਹੋਈ। ਓਕੇ, ਹੁਣ ਚੰਦਨ ਕਹਿੰਦੇ ਚੰਦਨ ਵਾਸ, ਚੰਦਨ ਦੀ ਵਾਸਨਾ ਲੈ ਕੇ ਸਾਰਾ ਜੰਗਲ ਜਿਹੜਾ ਹੈ ਉਹ ਜਿਹੜਾ ਉਹਦੇ ਜਿਹੜਾ ਪੈਰੀਮੀਟਰ ਦੇ ਵਿੱਚ ਹੈ ਜਾਂ ਜਿਹੜਾ ਹਨ ਉਹਦੇ ਨਾਲੋ ਨਾਲ ਜਿਹੜੇ ਦਰਖਤ ਨੇ ਅੰਟਿਲ ਸਰਟਨ ਲੈਂਥ, ਹਾਂਜੀ ਡਾਈਮੀਟਰ। ਸੋ ਉਹਦਾ ਡਾਈਮੀਟਰ ਹੁੰਦਾ, ਉਨੇ ਕੁ ਡਾਈਮੀਟਰ ਤੱਕ ਇੱਕ ਚੰਦਨ ਦਾ ਦਰਖਤ ਸਾਰਿਆਂ ਨੂੰ ਹੀ ਵਾਸਨਾ ਕਰ ਦਿੰਦਾ ਹੈ। ਬਾਵਨ ਚੰਦਨ, ਬਾਵਨ ਚੰਦਨ ਚੰਦਨ, ਹਾਂ ਬਾਵਨ ਚੰਦਨ ਮੀਨਸ ਦ ਟ੍ਰੀ, ਜਿਹੜਾ ਚੰਦਨ ਦਾ ਟ੍ਰੀ ਹੈ, ਕਿਉਂਕਿ ਇਹ ਟ੍ਰੀ ਬਹੁਤਾ ਲੰਮਾ ਨਹੀਂ ਹੁੰਦਾ, ਇਹਨੂੰ 52 ਤਾਂ ਕਹਿੰਦੇ 52 ਉਂਗਲਾਂ ਦਾ ਹੁੰਦਾ। ਇਫ ਯੂ ਕਾਊਂਟ ਦਿਸ ਵਨ ਇਜ਼ ਵਨ, ਯੂ ਗੋ ਔਨ 52 ਟਾਈਮਸ, ਦੈਟ ਇਜ਼ ਦਾ ਲੈਂਥ ਹਾਈਟ ਆਫ ਅ ਚੰਦਨ, ਦੈਟਸ ਵਾਈ ਯੂ ਕਾਲ ਇਟ ਬਾਵਨ ਚੰਦਨ। ਸੋ ਕਹਿੰਦੇ ਚਾ ਬਾਵਨ ਚੰਦਨ ਦੂਜੇ ਦਰਖਤਾਂ ਨੂੰ ਆਪਣੀ ਵਾਸ਼ਨਾ ਦੇ ਕੇ ਉਹਨੂੰ ਚੰਦਨ ਬਣਾ ਲੈਂਦਾ, ਚੰਦਨ ਵਰਗੇ ਕਰ ਲੈਂਦਾ ਹੈ। ਫਲ ਬਿਨ ਚੰਦਨ ਬਾਵਨਾ, ਹਾਂ ਦੇਖੋ, ਪਰ ਚੰਦਨ ਜਿਹੜਾ ਹੈ ਇਟ ਡਜ਼ਨਟ ਬੈਰ ਐਨੀ ਫਰੂਟ, ਚੰਦਨ ਨੂੰ ਕੋਈ ਵੀ ਫਰੂਟ ਨਹੀਂ ਲੱਗਦਾ, ਚੰਦਨ ਨੂੰ ਸਿਰਫ ਵਾਸ਼ਨਾ ਹੀ ਆਉਂਦੀ ਆ, ਦੈਟਸ ਆਲ ਚੰਦਨ ਹੈਸ, ਹੀ ਡਜ਼ਨਟ ਬੈਰ ਐਨੀ ਫਰੂਟ। ਫਿਰ ਆਦ ਅਨਾਦ ਬੇਅੰਤ ਸਦੋਈ, ਹਾਂ ਕਹਿੰਦੇ ਆਦ ਆਦ ਤੋਂ ਪਹਿਲਾਂ ਤੋਂ ਪਹਿਲਾਂ ਤੋਂ ਪਹਿਲਾਂ ਤੋਂ, ਕਹਿੰਦੇ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਕਿ ਬਾਵਨ ਚੰਦਨ ਜਿਹੜਾ ਹੈ ਉਹਨੂੰ ਫਲ ਨਹੀਂ ਲੱਗਦਾ। ਬਟ ਇੱਕ ਗੱਲ ਹੈ, ਚੰਦਨ ਜਿਹੜਾ ਹੈ ਸਭ ਤੋਂ ਮਹਿੰਗਾ ਦਰਖਤ ਹੈ, ਤੁਸੀਂ ਇਹ ਕਹਿ ਲਓ ਦ ਮੋਸਟ ਐਕਸਪੈਂਸਿਵ ਟ੍ਰੀ ਇਨ ਦਾ ਵਰਲਡ ਕਹਿ ਲਓ, ਭਾਵੇਂ ਚੰਦਨ ਐਸਾ ਹੈ ਬਹੁਤ ਮਹਿੰਗਾ ਹੈ। ਸੋ ਉਹਦੀ ਕੀਮਤ ਬਹੁਤ ਹੈ ਅਤੇ ਸਰਟਨ ਏਰੀਆਸ 'ਚ ਇਹ ਲੱਗਦਾ ਹੈ। ਇੰਡੀਆ ਵਿੱਚ ਤਾਂ ਇੱਥੋਂ ਤੱਕ ਆ ਉਹਨਾਂ ਦਾ ਜਿਹੜਾ ਲੋਅ ਬਣਿਆ ਹੋਇਆ ਹੈ, ਕਹਿੰਦੇ ਜਿੱਥੇ ਵੀ ਚੰਦਨ ਲੱਗਿਆ ਹੋਊਗਾ ਨਾ, ਦੈਟ ਟ੍ਰੀ ਐਂਡ ਦੈਟ ਲੈਂਡ ਬਿਲੋਂਗਸ ਟੂ ਦਾ ਗਵਰਨਮੈਂਟ। ਜਿਵੇਂ ਤੁਸੀਂ ਘਰ ਦੇ ਪਿੱਛੇ ਵੀ ਚੰਦਨ ਲਾ ਲਿਆ, ਦੈਟ ਬਿਲੋਂਗਸ ਟੂ ਦਾ ਇੰਡੀਅਨ ਗਵਰਨਮੈਂਟ, ਨੋਟ ਟੂ ਯੂ। ਸੋ ਉੱਥੇ ਇਹੋ ਜਿਹੇ ਰੂਲ ਬਣੇ ਹੋਏ ਨੇ। ਸੋ ਚੰਦਨ ਇੰਨਾ ਜ਼ਿਆਦਾ ਪ੍ਰੈਸ਼ਸ ਹੈ। ਸੋ ਚੰਦਨ ਜਿਹੜਾ ਹੈ ਕਹਿੰਦੇ ਇਹ ਐਸਾ ਟ੍ਰੀ ਹੈ ਜਿਹਨੂੰ ਫਲ ਨਹੀਂ ਲੱਗਦਾ, ਬਟ ਇਟਸ ਮੋਸਟ ਐਕਸਪੈਂਸਿਵ ਟ੍ਰੀ ਇਨ ਦਾ ਵਰਲਡ। ਪਰ ਇੱਥੇ ਜਿਹੜਾ ਹੈ ਭਾਈ ਗੁਰਦਾਸ ਨੇ ਇੱਕ ਬਹੁਤ ਚੰਗਾ ਪੁਆਇੰਟ ਕੱਢਿਆ, ਕਹਿੰਦੇ ਦੇਖੋ ਨਾ ਉਹਦੇ ਚੰਦਨ ਦੇ ਕੋਲ ਤੁਸੀਂ ਮੈਂਗੋ ਟ੍ਰੀ ਲਾ ਦਿਓ, ਹੁਣ ਮੈਂਗੋ ਟ੍ਰੀ ਨੂੰ ਫਲ ਲੱਗਦੇ ਨੇ, ਚੰਦਨ ਨੂੰ ਨਹੀਂ ਲੱਗਦੇ। ਚੰਦਨ ਨੇ ਆਪਣੀ ਫ੍ਰੈਗਨੈਂਸ ਮੈਂਗੋ ਨੂੰ ਦੇ ਦੇਣੀ ਹੈ, ਮੈਂਗੋ ਨੂੰ ਦੇ ਦੇਣੀ ਹੈ, ਮੈਂਗੋ ਦੇ ਫਰੂਟ ਨੂੰ ਵੀ ਦੇ ਦੇਣੀ ਹੈ। ਦੈਟ ਮੀਨ ਇਟ ਐਨਹਾਂਸਰਸ ਦਾ ਵੈਲਿਊ ਆਫ ਮੈਂਗੋ, ਅ ਨੋਰਮਲ ਮੈਂਗੋ ਐਂਡ ਅ ਸੈਂਡਲ ਫੂਡ ਮੈਂਗੋ ਬਣ ਗਿਆ ਨਾ, ਉਹਨੇ ਐਨਹਾਂਸ ਕਰਤਾ ਆਪਣੀ ਵਾਸ਼ਨਾ ਦੇ ਕੇ। ਕਹਿੰਦੇ ਇਸੇ ਤਰ੍ਹਾਂ ਹੀ ਆ ਜਿਹੜੇ ਚੰਦਨ ਗੁਰੂ ਹੁੰਦੇ ਆ ਨਾ, ਇਹ ਜਿਹੜੇ ਹਨ ਜੋ ਵੀ ਤੁਹਾਡੇ ਵਿੱਚ ਵੈਲਿਊ ਆ ਨਾ, ਦੇ ਵਿਲ ਕੰਪਲੀਮੈਂਟ ਦੈਟ ਵੈਲਿਊ, ਉਹ ਕੰਪਲੀਮੈਂਟ ਕਰਕੇ ਤੁਹਾਡੇ ਵੈਲਿਊ ਨੂੰ ਉਹ ਵੈਲਿਊ ਨੂੰ ਵਧਾ ਦਿੰਦੇ ਨੇ। ਸੋ ਉਹ ਗੁਰੂ ਦਾ ਕੰਮ ਹੈ, ਦੈਟਸ ਹਾਊ ਗੁਰੂ ਜਿਹੜਾ ਹੈ ਤੁਹਾਨੂੰ ਐਲੀਵੇਟ ਕਰਦਾ ਹੈ। ਸੋ ਫਿਰ ਚੰਦਨ ਬਾਵਨ ਚੰਦਨ ਚੰਦਨ ਵਾਸਨਾ ਚੰਦਨ ਹੋ। ਓਕੇ, ਹੁਣ ਦੇਖੋ ਹੋਰ ਇੱਕ ਪੁਆਇੰਟ ਇਹ ਆਇਆ, ਕਹਿੰਦੇ ਚੰਦਨ ਬਾਵਨ ਚੰਦਨੋ, ਬਾਵਨ ਚੰਦਨ ਤੋਂ ਇੱਕ ਦਰਖਤ ਚੰਦਨ ਬਣ ਸਕਦਾ ਹੈ, ਹੀ ਕੈਨ ਸਮੈਲ ਲਾਈਕ ਚੰਦਨ, ਬਟ ਫਰੋਮ ਦੈਟ ਟ੍ਰੀ ਹੀ ਕੈਨੋਟ ਕ੍ਰੀਏਟ ਅਨਾਦਰ ਚੰਦਨ, ਇਸ ਲਈ ਸੈਕੰਡਰੀਲੀ ਇਟ ਡਜ਼ਨਟ ਹੈਲਪ। ਬਿਕੋਜ਼ ਹੁਣ ਜੇ ਮੈਂਗੋ ਟ੍ਰੀ ਦੇ ਵਿੱਚ ਚੰਦਨ ਦੀ ਵਾਸ਼ਨਾ ਆ ਗਈ, ਜੋ ਵੀ ਟ੍ਰੀ ਮੈਂਗੋ ਟ੍ਰੀ ਦੇ ਨਾਲ ਉਹਨੂੰ ਨਹੀਂ ਵਾਸ਼ਨਾ ਮਿਲੀ, ਉਹਨੂੰ ਨਹੀਂ ਅੱਗੇ, ਉਹਨੂੰ ਮੈਂਗੋ ਤੋਂ ਨਹੀਂ ਮਿਲਣੀ, ਉਹ ਮੈਂਗੋ ਨੂੰ ਮਿਲ ਜਾਏਗੀ ਡਾਇਰੈਕਟਲੀ ਫਰੋਮ ਚੰਦਨ। ਸੋ ਦਿਸ ਕਾਈਂਡ ਆਫ ਗੁਰੂਸ ਇਟਸ ਲਾਈਕ ਯੂ ਨੋ ਗੁਰੂ ਨਾਨਕ ਗਿਵਿੰਗ ਉਪਦੇਸ਼ ਟੂ ਵਨ ਪਰਸਨ, ਦੈਟਸ ਇਟ, ਐਂਡ ਦੈਟ ਪਰਸਨ ਕੈਨੋ ਗਿਵ ਉਪਦੇਸ਼ ਟੂ ਅਨਦਰ ਪਰਸਨ, ਇਟ ਸਟੋਪਸ ਦੈਟ ਰਾਈਟ ਦੈਟ। ਦੇਖੋ ਜਿਹੜਾ ਹੈ ਪਰ ਗੁਰੂ ਨਾਨਕ ਦਾ ਉਪਦੇਸ਼ ਤਾਂ ਬਹੁਤ ਦੂਰ ਤੱਕ ਹੈ ਨਾ, ਇਟ ਕਮਸ ਟੂ ਅਵਰ ਟਾਈਮ, ਸੀ ਹਮਨੀ ਜਨਰੇਸ਼ਨਸ ਤੋਂ ਆ ਕੇ ਵੀ ਆਪਣੇ ਕੋਲ ਹੈਗਾ। ਸੋ ਜੈਟ ਮੀਨਸ ਇਟ ਇਟ ਫਲੋਸ ਅਲੋਂਗ, ਤੇ ਇਹ ਚੰਦਨ ਵਰਗਾ, ਸੋ ਇਹਨੂੰ ਚੰਦਨ ਕਹਿੰਦੇ ਹਾਂ, ਇਹ ਚੰਦਨ ਵਰਗੇ ਗੁਰੂ ਹਨ। ਹੁਣ ਦੂਜੇ ਤੱਕ ਦਾ, ਹਾਂਜੀ ਅਸ਼ਟ ਧਾਤ ਇੱਕ ਧਾਤ ਹੋਏ। ਓਕੇ, ਸੋ ਹੁਣ ਆ ਗਈ ਜੀ ਪਾਰਸ ਦੀ ਗੱਲ, ਕਹਿੰਦੇ ਅੱਠ ਧਾਤ, ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਸੇਮ ਥਿੰਗ ਆ। ਸੋ ਕਹਿੰਦੇ ਅੱਠ ਧਾਤ ਕਿਹੜੇ ਨੇ, ਇੱਕ ਤਾਂ ਸੋਨਾ ਹੈ, ਆਫਕੋਰਸ ਸੋਨਾ ਇਹਨੂੰ ਪਾਰਸ ਟੱਚ ਕਰੂਗਾ ਸੋਨਾ ਹੀ ਰਹੇਗਾ ਨਾ। ਸੋ ਦੂਜਾ ਆ ਗਿਆ ਜੀ ਚਾਂਦੀ, ਚਾਂਦੀ ਮੀਨਸ ਸਿਲਵਰ, ਅਤੇ ਤੀਜਾ ਆ ਗਿਆ ਜੀ ਜਿਹੜਾ ਤਾਂਬਾ, ਤਾਂਬਾ ਮੀਨਸ ਕੋਪਰ। ਸੋ ਫਿਰ ਆ ਗਿਆ ਜੀ ਜਿਸਤ, ਜਿਸਤ ਮੀਨਸ ਜ਼ਿੰਕ ਜਾਂ ਪਿਊਟਰ ਕਹਿ ਲਓ। ਸੋ ਕਹਿੰਦੇ ਫਿਰ ਆ ਗਿਆ ਜੀ ਪਾਰਾ, ਪਾਰਾ ਮੀਨਸ ਮਕਿਊਰੀ, ਉਹਨੂੰ ਵੀ ਚੇਂਜ ਕਰ ਸਕਦਾ, ਗੋਲ ਬਣ ਸਕਦਾ ਹੈ। ਫਿਰ ਆ ਗਿਆ ਜੀ ਕਲੀ, ਕਲੀ ਮੀਨਸ ਟਿਨ, ਸੋ ਮਲੇਸ਼ੀਆ ਨੇ ਤਾਂ ਧਨੀ ਬਣ ਜਾਣਾ ਸੀ ਜੀ, ਜੇ ਬਾਰਿਸ਼ ਹੁੰਦਾ ਨਾ ਮਲੇਸ਼ੀਆ 'ਚ, ਉਹ ਟਿਨ ਮਾਈਨ ਜਿਹੜੇ ਇੰਨੀਆਂ ਆਪਣੀਆਂ ਟਿਨ ਨਿਕਲਦੀਆਂ ਸੀਗੀਆਂ, ਸੋ ਉਹ ਤਾਂ ਸਾਰਾ ਸੋਨਾ ਬਣ ਜਾਣਾ ਸੀ ਹੁਣ ਨੂੰ, ਹਾਂਜੀ, ਪਰ ਮਲੇਸ਼ੀਆ ਨੂੰ ਮਿਲਿਆ ਨਹੀਂ ਬਾਰਿਸ਼। ਓਕੇ, ਫਿਰ ਹੋ ਗਿਆ ਜੀ, ਹੋ ਗਿਆ ਲੋਹਾ, ਲੋਹਾ ਮੀਨਸ ਆਇਰਨ। ਫਿਰ ਅੱਗੇ ਆ ਗਿਆ ਜੀ ਅੱਗੇ ਸਿੱਕਾ, ਸਿੱਕਾ ਮੀਨਸ ਲੈਟ। ਸੋ ਇਹ ਅੱਠ ਧਾਤਾਂ ਨੇ, ਇਹ ਸਾਰੀਆਂ ਅੱਠ ਧਾਤਾਂ ਨੂੰ ਜੇ ਬਾਰਿਸ਼ ਟੱਚ ਕਰਦਾ ਉਹਨੂੰ ਸੋਨਾ ਬਣਾਉਂਦਾ ਹੈ।
ਪਾਰਸ ਪਰਸੇ ਕੰਚਨ ਜੋਈ। ਹਾਂ ਦੇਖੋ ਲੈ, ਇਹ ਸਾਰੀਆਂ ਚੀਜ਼ਾਂ ਨੂੰ ਡਾਇਰੈਕਟਲੀ ਪਾਰਸ ਟੱਚ ਕਰੇਗਾ ਤਾਂ ਇਹਨਾਂ ਨੇ ਸੋਨਾ ਬਣਨਾ ਹੈ। ਇਹਦੇ ਵਿੱਚ ਇਹ ਹੈ, ਡਾਇਰੈਕਟ ਟੱਚ ਹੋਊਗਾ, ਹੋਰ ਕਿਸੇ ਤਰੀਕੇ ਨਾਲ ਨਹੀਂ ਹੋਣਾ। ਕੰਚਨ ਹੋਏ ਨਾ ਕੰਚਨ ਹੋ, ਵਰਤਾਰੇ ਵਰਤੇ ਸਭ ਲੋਈ। ਵਰਤਮਾਨ 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 ਵਰਤੈ ਸਭ, ਕੰਚਨ ਹੋਏ ਨਾ ਕੰਚਨ ਹੋ, ਵਰਤਮਾਨ ਵਰਤੈ ਸਭ ਲੋਈ। ਓਕੇ, ਹੁਣ ਕੀ ਹੁੰਦਾ ਹੈ, ਕਹਿੰਦੇ ਦੇਖੋ ਕੰਚਨ ਹੋਏ ਨਾ ਕੰਚਨ। ਹੁਣ ਜਿਹੜਾ ਸੋਨਾ ਬਣ ਗਿਆ ਨਾ, ਪਾਰਸ ਨੇ ਟੱਚ ਕਰਤਾ ਲੋਹੇ ਨੂੰ, ਆਈਅਨ ਨੂੰ, ਉਹ ਸੋਨਾ ਬਣ ਗਿਆ। ਉਹ ਸੋਨਾ ਜਿਹੜਾ ਸੋਨਾ ਬਣਿਆ ਹੋਇਆ ਨਾ ਆਈਅਨ ਤੋਂ, ਉਹਨੇ ਜਾ ਕੇ ਇੱਕ ਹੋਰ ਆਈਅਨ ਨੂੰ ਟੱਚ ਕੀਤਾ, ਇਵਨ ਬਿਕਮ ਗੋਲ ਐਨੀਮੋ, ਬਿਕੋਜ਼ ਇਟ ਨੀਡਸ ਡਾਇਰੈਕਟਲੀ ਅ ਪਾਰਸ ਟੱਚ। ਸੋ ਸੈਕੰਡਰੀ ਜਿਹੜਾ ਨਹੀਂ ਹੋ ਸਕਦਾ, ਇਹ ਡਾਇਰੈਕਟਲੀ ਹੋਵੇਗਾ। ਸੋ ਕਹਿੰਦੇ ਵਰਤਮਾਨ ਵਰਤੈ ਸਭ ਲੋਹੇ, ਇਹ ਗੱਲ ਸਾਰੀ ਦੁਨੀਆਂ ਇਸਨੂੰ ਜਾਣਦੀ ਹੈ, ਇਹ ਵਰਤਾਰਾ ਹੀ ਦੁਨੀਆਂ ਦਾ। ਸੋ ਇਸੇ ਤਰ੍ਹਾਂ ਹੀ ਜਦੋਂ ਕੋਈ ਆਪਾਂ ਦੁਨਿਆਵੀ ਗੁਰੂ ਤੋਂ ਕੁਝ ਸਿੱਖਦੇ ਹਾਂ, ਆਪਾਂ ਸਿੱਖ ਸਕਦੇ ਹਾਂ, ਪਰ ਆਪਣਾ ਤਰਕ ਪਰਸਨ ਜਿਹੜਾ ਉਹ ਰਹਿ ਜਾਂਦਾ ਹੈ। ਸੋ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਕਮਿਊਨੀਕੇਸ਼ਨ ਗੈਪ ਪੈ ਜਾਂਦੇ ਨੇ। ਸੋ ਕਮਿਊਨੀਕੇਸ਼ਨ, ਲਾਈਨ ਆਫ ਕਮਿਊਨੀਕੇਸ਼ਨ ਹੁੰਦੀ ਹੈ ਉਹ ਡਿਸਟੋਰਟਡ ਹੋ ਜਾਂਦੀ ਹੈ, ਜਿੰਨੀ ਦੂਰ ਜਾਏਗੀ ਉੱਨੀ ਉਹਨੇ ਡਿਸਟੋਰਟਡ ਹੋ ਜਾਣਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜਾ ਹੈ ਕੰਮ ਨਹੀਂ ਚੱਲਦਾ। ਸੋ ਇੱਕ ਤੋਂ ਇੱਕ ਹੋ ਸਕਦਾ ਹੈ, ਵੈਨ ਦ ਗੁਰੂ ਡਾਈਜ਼ ਦੈਟਸ ਇਟ ਫਿਨਿਸ਼, ਦ ਸੈਕੰਡ ਪਰਸਨ ਡਸਨਟ ਬਿਕਮ ਦ ਗੁਰੂ ਦੈਟ। ਦੈਟਸ ਵਾਈ ਯੂ ਕੈਨ ਸੀ ਇਟ ਇਜ਼ ਪ੍ਰਤੱਖ। ਜਿੰਨੇ ਵੀ ਅੱਜ ਕੱਲ੍ਹ ਤੁਸੀਂ ਵੱਡੇ ਵੱਡੇ ਆਸ਼ਰਮ ਦੇਖੇ ਹੋਣਗੇ ਦੁਨੀਆ ਦੇ, ਉਹਨਾਂ ਕਿਹਾ ਹੁਣ ਤੁਸੀਂ ਓਸ਼ੋ ਰਜਨੀਸ਼ ਦੇਖ ਲਓ, ਬਹੁਤ ਫੇਮਸ ਸੀਗਾ, ਬਹੁਤ ਨੌਲੇਜ ਸੀਗਾ ਉਹਦੇ ਕੋਲ, ਫਿਲੋਸੋਫੀਆਂ ਕਿੰਨੀਆਂ ਮਾਰਦਾ ਸੀਗਾ, ਯੂ ਨੋ ਯੂ ਕੈਨ ਡੂ ਵਟ ਐਵਰ ਯੂ ਵਾਂਟ ਟੂ ਸੇ ਕੈਨ ਡੂ। ਉਹ ਤਾਂ ਇੱਕ ਹੈ, ਹੋਰ ਬਹੁਤ ਸਾਰੇ ਨੇ, ਪਰ ਦੇਖੋ ਆਫਟਰ ਹਿਮ ਨੋ ਬੋਡੀ ਕੈਨ ਟੇਕ ਹਿਮ ਟੇਕ ਹਿਸ ਪਲੇਸ, ਹੀ ਡਾਈਡ, ਦੈਟਸ ਇਟ, ਇਟਸ ਓਨਲੀ ਓਸ਼ੋ ਐਂਡ ਓਸ਼ੋ ਦੈਟਸ ਇਟ ਫਿਨਿਸ਼, ਗੱਲ ਮੁੱਕ ਗਈ। ਸੀ ਹੀ ਕੁਡ ਟੀਚ ਪੀਪਲ ਬਟ ਹੀ ਕੈਨੋਟ ਗਿਵ ਦੈਟ ਐਨਲਾਈਟਮੈਂਟ ਟੂ ਐਨੀ ਵਨ। ਸੋ ਦੈਟ ਮੀਨਸ ਜੇ ਤੁਸੀਂ ਓਸ਼ੋ ਨੂੰ ਗੁਰੂ ਕਹੋਗੇ, ਹੀ ਇਜ਼ ਨੋਟ ਅ ਗੁਰੂ, ਉਹ ਤਾਂ ਸਿਰਫ ਆਪ ਕਰਦਾ ਰਿਹਾ ਜੋ ਉਹਨੇ ਆਪ ਕੀਤਾ ਕੀਤਾ। ਹਾਂਜੀ, ਫਿਰ ਤੁਸੀਂ ਯੋਗੀ ਭੱਜਣ ਨੂੰ ਦੇਖ ਲਓ, ਦੈਟਸ ਇਟ, ਹੀ ਡਾਈਡ, ਐਵਰੀਥਿੰਗ ਫਿਨਿਸ਼ਡ। ਉਹਨਾਂ ਦੇ ਜਿਹੜੇ ਹਨ ਸੈਂਟੈਂਸ ਰਹਿ ਗਏ, ਬਸ ਉਹ ਜੋ ਕੰਮ ਕਰੀ ਜਾਂਦੇ, ਆਪਦਾ ਪ੍ਰੋਗਰਾਮ ਕਰੀ ਜਾਂਦੇ, ਦੈਟਸ ਇਟ ਗੋਸ ਔਨ। ਸੀ ਦੈਟਸ ਹਾਓ ਇਟ ਇਜ਼। ਦੁਨੀਆਂ ਦੇ ਜਿੰਨੇ ਵੀ ਤੁਸੀਂ ਦੇਖ ਲਓ ਜੋ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ, ਵੱਡੇ ਵੱਡੇ, ਰਾਧਾ ਕ੍ਰਿਸ਼ਨਾ ਹੋਇਆ ਜੀ, ਆਹ ਹੋਇਆ ਜੀ, ਉਹ ਹੋਇਆ ਜੀ, ਕਿੰਨੇ ਹੋਏ ਨੇ, ਬਟ ਇਟ ਆਲ ਡਾਈਸ ਵਿਦ ਦੈਮ। ਸੋ ਇਹ ਗੱਲ ਹੋ ਜਾਂਦੀ ਹੈ ਕਿ ਗੁਰੂ ਨਾਨਕ ਵਰਗਾ ਗੁਰੂ ਨਹੀਂ ਕੋਈ ਹੋ ਸਕਦਾ। ਨਦੀਆਂ ਨਾਲੇ ਗੰਗ ਸੰਗ, ਸਾਗਰ ਸੰਜਮ ਖਾਰਾ ਸੋਈ। ਓਕੇ, ਹੁਣ ਤੀਜੇ ਤਰ੍ਹਾਂ ਦਾ ਗੰਗਾ, ਇੱਥੇ ਗੰਗਾ ਦਾ ਐਗਜ਼ਾਮਪਲ ਆਇਆ। ਕਹਿੰਦੇ ਗੰਗਾ ਜਿਹੜੀ ਰਿਵਰ ਹੈ, ਕਹਿੰਦੇ ਉਹਦੇ ਵਿੱਚ ਕੀ ਹੁੰਦਾ, ਜਿੰਨੀਆਂ ਵੀ ਰਿਵਰ ਹੁੰਦੀਆਂ ਨੇ, ਕਹਿੰਦੇ ਨਦੀਆਂ ਨਾਲੇ ਗੰਗ ਸੰਗ, ਜਿੰਨੀਆਂ ਵੀ ਜਿਹੜਾ ਨਦੀਆਂ ਹੁੰਦੀਆਂ ਨੇ, ਉਹਦਾ ਪਾਣੀ ਜਦੋਂ ਜਿਹੜਾ ਹੈ ਗੰਗਾ ਵਿੱਚ ਪੈ ਜਾਵੇ, ਇਟ ਬਿਕਮਸ ਗੰਗਾ। ਜੈ ਮੀਨ ਨੋ ਵਨ ਕੈਨ ਡਿਫਰੈਂਸ਼ੀਏਟ ਬਿਟਵੀਨ ਦ ਵਾਟਰ, ਰਾਈਟ, ਬਿਕੋਜ਼ ਵਾਟਰ ਤਾਂ ਉਹੀ ਹੋ ਗਿਆ, ਜਿਹੜਾ ਨਾਲੀਆਂ ਗੰਗਾ 'ਚ ਪੈ ਗਈਆਂ ਉਹ ਗੰਗਾ ਬਣ ਗਈਆਂ। ਲੋਕਾਂ ਨੇ ਪੂਜਣਾ ਸ਼ੁਰੂ ਕਰ ਦਿੱਤਾ, ਗੰਗਾ ਦੀ ਤਾਂ ਪੂਜਾ ਹੁੰਦੀ ਹੀ ਹੁੰਦੀ ਹੈ, ਯੂ ਨੋ, ਸੋ ਐਨੀ ਵਨ ਗੋਸ ਇਨ ਟੂ ਗੰਗਾ ਬਿਕਮਸ ਗੰਗਾ। ਬਟ ਦੈਨ, ਹਾਂਜੀ, ਸਾਗਰ ਸੰਜਮ ਖਾਰਾ ਸੋਈ, ਕੀ ਹੁੰਦਾ ਜੀ, ਇਹ ਗੰਗਾ ਗੋਸ ਇਨ ਟੂ ਦ ਸੀ। ਜਦੋਂ ਇਹ ਗੰਗਾ ਸੀ ਵਿੱਚ ਜਾਂਦੀ ਹੈ ਨਾ, ਤਾਂ ਇਹ ਕੀ ਹੋ ਜਾਂਦਾ ਜੀ, ਖਾਰਾ ਹੋ ਜਾਂਦਾ, ਇਹ ਸੋਲਟਡ ਹੋ ਜਾਂਦੀ ਹੈ, ਫਿਰ ਇਹਦੀ ਪੂਜਾ ਕੋਈ ਨਹੀਂ ਕਰਦਾ। ਸੋ ਇਟਸ ਓਨਲੀ ਦ ਮੈਟਰ ਆਫ ਅੰਟਿਲ ਦ ਗੰਗਾ ਫਲੋਸ ਐਸ ਅ ਰਿਵਰ ਗੰਗਾ, ਉਦੋਂ ਇਹਦੀ ਪੂਜਾ ਹੁੰਦੀ ਹੈ, ਜਦੋਂ ਇਹ ਸਮੁੰਦਰ 'ਚ ਪੈ ਜਾਂਦੀ ਹੈ, ਇਹ ਬਿਕਮਸ ਖਾਰਾ ਆ ਗਏ। ਸੋ ਉਹਦਾ ਪਾਣੀ ਵੀ ਕਿਸੇ ਦੇ ਕੰਮ ਨਹੀਂ ਆਉਂਦਾ, ਨਾ ਇਹਦੀ ਪੂਜਾ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ, ਜਿਹੜੇ ਗੁਰੂ ਜਿਹੜੇ ਐਸੇ ਗੰਗਾ ਵਰਗੇ ਹੁੰਦੇ ਨੇ, ਕਹਿੰਦੇ ਉਹ ਕੀ ਕਰਦੇ ਨੇ, ਉਹ ਆਪਣੇ ਚੇਲੇ ਤਾਂ ਇਕੱਠੇ ਕਰ ਲੈਂਦੇ ਆ, ਕਹਿੰਦੇ ਤੂੰ ਮੇਰੇ ਵਰਗਾ ਮੇਰੇ ਵਰਗਾ, ਪਰ ਜਦੋਂ ਉਹ ਮਰਦੇ ਨੇ, ਉਹ ਜਿਵੇਂ ਖਾਰੇ ਪਾਣੀ 'ਚ ਚਲੇ ਜਾਂਦੇ ਨਾ, ਬਸ ਉਹ ਇਸ ਵਨ ਆਫ ਦੈਮ, ਦੇ ਡਜ਼ਨਟ ਸਟੈਂਡ ਆਊਟ ਐਨੀ ਮੋਰ। ਸੋ ਇੱਥੇ ਭਾਈ ਗੁਰਦਾਸ ਜੀ ਆਪਣਾ ਸਮਝਾਉਂਦੇ ਨੇ ਹਾਓ ਗੁਰੂ ਨਾਨਕ ਇਜ਼ ਸਿਗਨੀਫਿਕੈਂਟ ਐਸ ਅ ਗੁਰੂ। ਸੋ ਉਹ ਕਿਵੇਂ ਇੱਕ ਸਿਗਨੀਫਿਕੈਂਟ ਗੁਰੂ ਹੈ, ਜੋ ਇਹ ਸਾਰੇ ਦੁਨੀਆਂ ਦੇ ਗੁਰੂਆਂ ਤੋਂ ਉੱਤੇ ਹੈ। ਬਗਲਾ ਹੰਸ ਨਾ ਹੋਵਈ, ਮਾਨ ਸਰੋਵਰ ਜਾਏ ਖਲੋਈ। ਓਕੇ, ਨਾਓ ਫੋਰਥ ਗੁਰੂ ਇੱਥੇ ਜਿਹੜਾ ਦੱਸਿਆ ਹੰਸ। ਸੋ ਹੰਸ ਜਿਹੜਾ ਸਵਰਨ ਹੈ, ਕਹਿੰਦੇ ਕਿ ਬਗਲੇ ਹੰਸ ਨਾ ਹੋਵਈ, ਕਹਿਣਗੇ ਬਗਲੇ ਚਿੱਟੇ ਰੰਗ ਦੇ ਨੇ। ਸੋ ਬਗਲਾ ਕੀ ਹੁੰਦਾ, ਕਰੇਨ, ਜਿਹੜਾ ਕਰੇਨ ਹੁੰਦਾ ਉਹ ਵੀ ਬਗਲੇ ਵਰਗਾ ਸਵਰਨ ਵਰਗਾ ਲੱਗਦਾ, ਉਹ ਜਾਂਦਾ ਹੈ ਜੀ, ਜਾਂਦਾ ਉੱਥੇ, ਆਪਾਂ ਜਿਵੇਂ ਪਿਛਲੇ ਹਫ਼ਤੇ ਵਿਚਾਰ ਕੀਤੀ ਆ, ਮਾਨ ਸਰੋਵਰ 'ਤੇ ਜਾਂਦਾ, ਉਹ ਪਰਲਸ ਖਾਂਦਾ ਹੈ ਸਵਰਨ, ਇਹ ਬਗਲਾ ਵਿਚਾਰਾ ਭੁੱਖਾ ਮਰ ਜਾਂਦਾ ਹੈ, ਹੁਣ ਇਹਨੇ ਪਰਲਸ ਨਹੀਂ ਖਾਣੇ, ਇਹਦਾ ਖਾਣਾ ਨਹੀਂ, ਨਾ ਹੀ ਹੈਜ਼ ਟੂ ਗੋ ਟੂ ਦ ਡਰਟੀ ਪਲੇਸ, ਜਿੱਥੇ ਇਹਨੂੰ ਡੱਡੂ ਡੱਡੂ ਮਿਲਣਗੇ, ਕਿਉਂਕਿ ਬਗਲਾ ਜਿਹੜਾ ਹੈ ਉਹ ਵੈਜੀਟੇਰੀਅਨ ਨਹੀਂ ਨਾ। ਸੋ ਜਿਹੜਾ ਹੈ ਜਿੰਨੇ ਉਹਨੂੰ ਡੱਡੂ ਸਾਰੀਆਂ ਮੱਛੀਆਂ ਮਿਲੀਆਂ ਉਹਨੇ ਉਹ ਖਾ ਜਾਣੀਆਂ ਨੇ, ਉਹ ਪਿੱਛੇ ਗੰਦ ਮੰਦ ਜਿਹਾ ਹੁੰਦਾ ਉਹ ਖਾ ਲਏਗਾ ਇਹਨੂੰ, ਬਟ ਹੀ ਡਜ਼ਨਟ ਟੇਕ ਪਰਲ। ਸੋ ਕਹਿੰਦੇ ਇੱਥੇ ਕੀ ਹੁੰਦਾ ਹੈ, ਬਗਲਾ ਹੰਸ ਨਾ ਹੋਵੇ, ਸੇ ਬਗਲੇ ਦਾ ਰੰਗ ਸੇਮ ਹੈ, ਦੇਖਣ ਨੂੰ ਆਲਮੋਸਟ ਸੇਮ, ਪਰ ਕਹਿੰਦੇ ਬਗਲਾ ਹੰਸ ਨਹੀਂ ਬਣ ਸਕਦਾ। ਜਿਵੇਂ ਕਹਿੰਦੇ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਇੱਕ ਵਾਰ ਜਿਹੜਾ ਹੈ ਇੱਕ ਗਧਾ ਸੀਗਾ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ, ਮਹਾਰਾਜ ਨੇ ਕੀ ਕੀਤਾ, ਉਹਦੇ ਉੱਤੇ ਨਾ ਲਾਇਨ ਦੀ ਖੱਲ ਪਵਾ ਦਿੱਤੀ,
ਲਾਇਨ ਦੀ ਖੱਲ ਪਵਾਤੀ, ਲਾਇਨ ਦੀ ਸਕਿਨ ਉਹਦੇ ਉੱਤੇ ਪਾ ਕੇ ਨਾ ਬੰਨਤਾ। ਸੋ ਕੀ ਹੋਇਆ ਜੀ, ਇਹ ਜਿਹੜਾ ਡੌਂਕੀ ਸੀਗਾ ਨਾ, ਇਹਨੂੰ ਲੋਕ ਕੁੱਟਦੇ ਹੁੰਦੇ ਸੀ, ਸਮਾਨ ਚੁਕਾਉਂਦੇ ਹੁੰਦੇ ਸੀ, ਬਹੁਤ ਬੁਰਾ ਕਰਦੇ ਸੀ, ਕਿਉਂਕਿ ਡੌਂਕੀਆਂ ਦਾ ਹਾਲ ਹੀ ਬੁਰਾ ਨਾ। ਹਾਂਜੀ, ਸੋ ਕੀ ਹੁੰਦਾ ਹੈ ਜੀ, ਇਹ ਡੌਂਕੀ ਜਿਹੜਾ ਵਿਚਾਰਾ ਔਖਾ ਹੋਇਆ, ਫਿਰੇ ਤੋ ਜਦੋਂ ਇਹਦੇ ਉੱਤੇ ਖੱਲ ਪਾਤੀ ਨਾ ਲਾਇਨ ਦੀ, ਇਹ ਲਾਇਨ ਬਣਿਆ, ਫਿਰੇ ਲੋਕ ਡਰਦੇ ਫਿਰਨ, ਜਿੱਥੇ ਡੌਂਕੀ ਜਾਵੇ ਲੋਕ ਭੱਜਿਆ ਕਰਨ, ਲੋਕਾਂ ਨੂੰ ਤਾਂ ਲੱਗਦਾ ਵੀ ਇਹ ਲਾਇਨ ਹੈ। ਸੋ ਕੀ ਹੋਇਆ ਜੀ, ਇਸ ਤਰ੍ਹਾਂ ਕਰਦਾ ਰਿਹਾ ਕਾਫੀ ਚਿਰ। ਸੋ ਇੱਕ ਦਿਨ ਕੀ ਹੋਇਆ, ਇਹ ਡੌਂਕੀ ਜਿਹੜਾ ਸੀ ਨਾ ਲਾਇਨ ਦੀ ਖੱਲ ਪਾ ਕੇ, ਇਹਨੂੰ ਡੌਂਕੀਆਂ ਦੀ ਕੋਈ ਟੀਮ ਮਿਲ ਗਈ। ਸੋ ਇਹ ਡੌਂਕੀ ਹਿੰਗਦੇ ਹੁੰਦੇ ਆ ਨਾ, ਸੋ ਜਿਹੜਾ ਹੈ ਡੌਂਕੀ ਹਿੰਗ ਪਿਆ, ਇੱਕ ਇਹ ਵੀ ਹਿੰਗ ਪਿਆ, ਲੋਕਾਂ ਨੂੰ ਪਤਾ ਲੱਗ ਗਿਆ ਇਹ ਤਾਂ ਝੂਠਾ ਲਾਇਨ ਆ, ਇਹ ਤਾਂ ਗਧਾ ਹੈ, ਚੱਕ ਕੇ ਉਹਨੂੰ ਫਿਰ ਕੁੱਟਤਾ ਵਿਚਾਰੇ ਨੂੰ। ਸੋ ਕਹਿੰਦੇ ਇਸੇ ਤਰ੍ਹਾਂ ਹੀ ਕਿ ਮਹਾਰਾਜ ਨੇ ਉੱਥੇ ਸਿੱਖਾਂ ਨੂੰ ਦੱਸਿਆ ਨਾ, ਕਹਿੰਦੇ ਭਾਵੇਂ ਤੁਸੀਂ ਕੋਈ ਵੀ ਪਹਿਰਾਵਾ ਉੱਤੇ ਪਾ ਲਓ, ਭਾਵੇਂ ਤੁਸੀਂ ਕਿੰਗ ਬਣ ਜਾਓ, ਭਾਵੇਂ ਤੁਸੀਂ ਸ਼ਹਿਨਸ਼ਾਹ ਬਣ ਜਾਓ, ਪਰ ਅੰਦਰੋਂ ਬੰਦਾ ਉਹੀ ਹੁੰਦਾ ਹੈ ਜਿਹੜਾ ਡੌਂਕੀ ਡੌਂਕੀ ਹੋ ਰਹੇਗਾ। ਹਾਂਜੀ, ਭਾਵੇਂ ਬੰਦਾ ਕਿੰਨੇ ਮਰਜ਼ੀ ਐਕਸ਼ਨ ਕਰ ਲਵੇ, ਜਿਵੇਂ ਸੱਚੇ ਸੌਦੇ ਵਾਲਾ ਤੁਸੀਂ ਪਤਾ ਹੀ ਆ ਨਾ, ਸੱਚਾ ਸੌਦਾ ਨੀ ਇੰਡੀਆ ਫੁੱਲ, ਹਾਂਜੀ ਉਹਨੇ ਕਿੰਨੇ ਕੀਤਾ, ਕਿੰਨਾ ਕੁਛ ਕੀਤਾ, ਡਰਾਮੇ ਕੀਤੇ, ਅਖੀਰ ਤੱਕ ਉਹਦਾ ਸੱਚ ਨਿਕਲਿਆ ਆ ਨਾ, ਡੌਂਕੀ ਦਾ ਡੌਂਕੀ ਉਹ ਨਿਕਲਿਆ ਵਿਚਾਰਾ, ਇਹਨੂੰ ਕੀ ਕਰੂਗਾ, ਹਾਂਜੀ ਫੜ ਕੇ ਉਹਨਾਂ ਨੇ ਬੰਦ ਕਰਤਾ। ਸੋ ਇਸੇ ਤਰ੍ਹਾਂ ਹੀ ਹੈ। ਸੋ ਮਹਾਰਾਜ ਕਹਿੰਦੇ ਭਾਵੇਂ ਆਪਾਂ ਬਾਹਰੋਂ ਕਿਵੇਂ ਵੀ ਕਰ ਲਈਏ, ਅੰਦਰੋਂ ਇਫ ਯੂ ਆਰ ਨੋਟ ਦੈ ਯੂ ਆਰ ਨੋਟ ਦੈ, ਉਹ ਤਾਂ ਪਛਾਣੀ ਜਾਵਾਂਗੇ। ਹਾਂਜੀ, ਮਾਨ ਸਰੋਵਰ ਜਾਏ ਖਲੋਈ, ਕਹਿਣਗੇ ਸੋ ਜਿਹੜਾ ਬਗਲਾ ਹੈ, ਭਾਵੇਂ ਮਾਨ ਸਰੋਵਰ ਇਜ਼ ਦ ਮੋਸਟ ਬਿਊਟੀਫੁਲ ਲੇਕ ਇਨ ਦ ਵਰਲਡ, ਪਰ ਬਗਲੇ ਨੂੰ ਨਹੀਂ ਚੰਗਾ ਲੱਗਦਾ, ਬਿਕੋਜ਼ ਉਹਦਾ ਖਾਣਾ ਨਹੀਂ, ਬਿਕੋਜ਼ ਦੈਟਸ ਨੋਟ ਵੇਅਰ ਹੀ ਵਾਂਟਸ ਟੂ ਬੀ। ਸੋ ਦੈਟਸ ਵਾਈ ਅ ਲੋਟ ਆਫ ਪੀਪਲ ਵਿਲ ਕਮ ਬੈਕ ਐਂਡ ਸੇ ਵਿਆਹ ਹੈ, ਅਸੀਂ ਸੱਚਖੰਡ ਜਾਣਾ ਹੈ, ਹਾਊ ਕੈਨ ਵੀ ਗੋ ਟੂ ਸੱਚਖੰਡ, ਮਾਈ ਆਨਸਰ ਟੂ ਦੈਮ ਹੈਜ ਯੂ ਵਿਲ ਬੀ ਬੋਟ ਦੈਰ, ਵਟ ਆਰ ਯੂ ਗੋਇੰਗ ਟੂ ਡੂ ਇਨ ਸੱਚਖੰਡ, ਹੈ ਆਰ ਯੂ ਵਿਲਿੰਗ ਟੂ ਡੂ ਵਾਹਿਗੁਰੂ ਆਲ ਦਾ ਟਾਈਮ, ਨੋ ਰਾਈਟ, ਯੂ ਕੈਨੋਟ ਡੂ ਵਾਹਿਗੁਰੂ ਆਲ ਦਾ ਟਾਈਮ। ਹਾਂਜੀ, ਬਿਠਾ ਦਈਏ ਤੁਹਾਨੂੰ ਦੋ ਦਿਨ ਕਮਰਾ ਬੰਦ ਕਰ ਦਈਏ ਕਿ ਵਾਹਿਗੁਰੂ ਕਰ ਲੂੰਗੇ, ਨਹੀਂ ਆਉਣਾ ਨਾ ਸੱਚਖੰਡ, ਜਾ ਕੇ ਕੀ ਕਰੂੰਗੇ, ਐਂਡ ਯੂ ਵੋਂਟ ਹੈਵ ਫੋਨ ਦਾ, ਇਹ ਨੋ ਆਈਫੋਨ ਡਜ਼ਨਟ ਵਰਕ ਦੈ, ਹਾਂਜੀ ਉੱਥੇ ਲਾਈਨ ਵੀ ਹੈ ਨਹੀਂ, ਇੰਟਰਨੈਟ ਵੀ ਹੈ ਨਹੀਂ, ਯੂ ਨੋ ਨਥਿੰਗ ਇਜ਼ ਦੈਰ, ਇਟਸ ਓਨਲੀ ਵਾਹਿਗੁਰੂ, ਡੂ ਯੂ ਵਾਂਟ ਦੈਟ ਆਰ ਨਾਟ, ਹੈ ਨਾ। ਕਹਿੰਦੇ ਸਾਰੇ ਕਹਿੰਦੇ ਜੀ ਹਾਂਜੀ ਸੱਚਖੰਡ ਜਾਣਾ ਜੀ, ਸੱਚ ਕਈਆਂ ਦੀ ਅਰਦਾਸ ਵੀ ਸੱਚਖੰਡ ਦੀ ਕਰ ਦਿੰਦੇ ਆ, ਉਹ ਮਰਿਆ ਹੋਇਆ ਵਿਚਾਰਾ ਰੋਂਦਾ ਹੋਣਾ, ਇਹ ਕਾਹਨੂੰ ਮੈਨੂੰ ਸੱਚਖੰਡ ਭੇਜੀ ਜਾਂਦਾ, ਮੈਂ ਤਾਂ ਬਹੁਤ ਹੋਇਆ ਪਿਆ ਇੱਥੇ, ਕੀ ਹੋ ਰਿਹਾ ਇੱਥੇ, ਹੈ ਨਾ। ਸੋ ਕੈਨ ਯੂ ਬੀ ਇਨ ਗੁਰਦੁਆਰਾ, ਹਾਂਜੀ 24/7, ਡੋਂਟ ਗੋ ਐਨੀਵੇਅਰ, ਜਸਟ ਇਨ ਦ ਦਰਬਾਰ ਸਾਹਿਬ, ਨਹੀਂ ਹੋ ਸਕਦਾ ਨਾ, ਬੰਦਾ ਤਾਂ ਇੱਕ ਘੰਟਾ ਬਹਿ ਕੇ ਉਦੋਂ ਹੀ ਭੱਜਦਾ ਬਾਹਰ ਨੂੰ, ਹਾਂਜੀ। ਸੋ ਹਾਊ ਵੀ ਗੋਇੰਗ ਟੂ ਸਟੇ ਇਨ ਸੱਚਖੰਡ। ਸੋ ਇਹੀ ਗੱਲ ਹੋਈ ਜੀ ਬਗਲਿਆਂ ਦੀ, ਇਹੀ ਗੱਲ ਹੈ ਵਿਚਾਰਿਆਂ ਦੀ, ਯੂ ਨੋ। ਸੋ ਯੂ ਟੇਕ ਦਮ ਟੂ ਮਾਨਸਰੋਵਰ, ਵਟ ਆਰ ਦੇ ਗੋਇੰਗ ਟੂ ਡੂ, ਨਥਿੰਗ, ਲਾਈਕ ਯੂ ਨੋ ਲਾਈਕ ਆਵਰ ਲੋਕਲ ਮੇਲੇਸ ਆ ਨਾ, ਤੁਸੀਂ ਇਹਨਾਂ ਨੂੰ ਵੱਡੇ ਤੋਂ ਵੱਡੇ ਹੋਟਲ ਵੀ ਲੈ ਜਾਓ, ਉਹਨਾਂ ਨੂੰ ਖਾਣਾ ਵੱਧ ਤੋਂ ਵੱਧ ਚੰਗਾ ਖਿਲਾ ਦਿਉ, ਐਟ ਲਾਸਟ ਦੀ ਵਾਂਟ ਗੋ ਟੂ ਦ ਬਾਰ ਰੂਮ ਆਲਸੋ, ਬਿਕੋਜ਼ ਉਹੀ ਉਹਨਾਂ ਦਾ ਸਵਾਦ ਆ, ਉਹਨਾਂ ਦਾ ਟੇਸਟ ਉਹ ਆ। ਸੋ ਵਟ ਆਰ ਯੂ ਗੋਇੰਗ ਟੂ ਡੂ, ਯੂ ਗੋਇੰਗ ਟੂ 5-6 star ਕਰ ਲਓ, ਹਾਂਜੀ ਉੱਥੇ ਖਾ ਪੀ ਕੇ ਆ ਕੇ ਵੀ ਦੇਵੇ ਲੁੱਕ ਫੋਰ ਦ ਬਾਰ ਰੂਮ, ਤਾਂ ਕਿ ਉੱਥੇ ਨਸੀ ਲੰਮਾ ਜ਼ਿਆਦਾ ਸਵਾਦ ਹੈ ਨਾ। ਸੋ ਦੈਟਸ ਦ ਥਿੰਗ, ਆਪਾਂ ਵੀ ਉਵੇਂ ਹੀ ਆ ਨਾ, ਆਪਾਂ ਨੂੰ ਭਾਵੇਂ ਕਿੰਨੇ ਵੱਡੇ ਵੀ ਤੁਸੀਂ ਕਰ ਦਿਓ, ਆਪਾਂ ਕੰਮ ਤਾਂ ਉਹੀ ਕਰਨੇ ਆ ਨਾ। ਸੋ ਇਸੇ ਤਰ੍ਹਾਂ ਹੀ ਬੰਦੇ ਦਾ ਹਾਲ ਹੈ। ਸੋ ਕਹਿੰਦੇ ਬਗਲੇ ਵੀ ਇਸੇ ਤਰ੍ਹਾਂ ਹੀ ਕਰਦੇ ਨੇ। ਸੋ ਇਹ ਹੰਸ ਜਿਹੜਾ ਹੁੰਦਾ ਹੈ, ਇਹ ਸਿਰਫ ਆਪਣੇ ਵਰਗਿਆਂ ਦੇ ਭਲਾ ਕਰ ਸਕਦਾ, ਦੂਜਿਆਂ ਦਾ ਨਹੀਂ ਕਰ ਸਕਦਾ, ਇਸ ਕਰਕੇ ਵੀਹਾਂ ਦੇ ਵਰਤਾਰੇ ਉਹੀ, ਕਹਿਣਗੇ ਵੀਹਾਂ ਦੇ ਵਰਤਾਰੇ ਨੇ, ਦਿਸ ਇਜ਼ ਆਲ ਅੰਟਿਲ ਨੰਬਰ 20। ਸੋ ਇੱਕ ਹੁੰਦਾ 20, ਇੱਕ 21 ਹੈ। ਹੁਣ ਆਪਾਂ 21 ਦੀ, ਜਿਹੜਾ 20 ਦੀ ਗੱਲ ਕੀਤੀ ਆ ਕਿ ਦੁਨੀਆਂ ਦਾ ਹਾਲ ਇੱਥੋਂ ਤੱਕ ਹੈ, ਅੰਟਿਲ ਦ ਨੰਬਰ 20। ਸੋ ਨੰਬਰ 20 ਮੀਨਸ ਜਿਹੜਾ ਦੁਬਦਾ ਹੈ, ਦ ਟੂ ਮੀਨਸ ਦੁਬਦਾ, ਡਾਊਟ, ਦੋ ਤਰ੍ਹਾਂ, ਇਟਸ ਆਲਵੇਜ਼ ਦ ਟੂ ਟਾਈਪਸ, ਹਾਂਜੀ। ਸੋ ਜਿਹੜਾ ਜਿਹੜਾ ਸੁਣ ਹੈ ਉਹ ਪਰਮਾਤਮਾ ਨਿਰਗੁਣ ਸਰੂਪ ਹੈ, ਸੋ ਨਿਰਗੁਣ ਸਰੂਪ ਤਾਂ ਹੈਗਾ ਹੀ ਹੈਗਾ, ਪਰ ਦੁਬਦਾ ਹੈ ਨਾਲ, ਸੋ ਦੈਟਸ ਵਾਈ ਯੂ ਡੋਂਟ ਰੀਅਲਾਈਜ਼ ਦਿਸ, ਸੋ ਦੈਟਸ ਵਾਈ ਯੂ ਕਾਲ ਨੰਬਰ 20। ਪਰ ਇਹਦਾ ਖੁਲਾਸਾ ਅੱਗੇ ਭਾਈ ਮਨੀ ਸਿੰਘ ਦੀ ਜਿਹੜਾ ਹਨ ਉਹਦੇ ਵਿੱਚ, ਜਾਂ ਉਹਨਾਂ ਨੇ ਅਰਥ ਕੀਤੇ ਉਹ ਸੁਣੀਏ ਹੁਣ। ਹਾਂਜੀ ਚਲੋ, ਚੰਦਨ ਵਾਸ ਵਨਸਪਤ ਪਾਵਨ ਚੰਦਨ ਚੰਦਨ ਹੋਈ। ਸੋ ਐਸੇ ਜੋ ਗੁਰੂ ਕੇ ਸਿੱਖ ਹੈ ਜਿਨ੍ਹਾਂ ਦੇ ਵਿੱਚ ਇਹ ਲਿਖਣ ਹੈ, ਇੱਕ ਇੱਕ ਵੀ ਜਿਸ ਦੇਸ਼ ਵਿੱਚ ਹੁੰਦਾ ਹੈ। ਸੋ ਓਕੇ, ਇੱਥੇ ਹੁਣ ਭਾਈ ਮਨੀ ਸਿੰਘ ਜੀ ਕਹਿੰਦੇ ਆ, ਫਸਟ ਲਾਈਨ ਦਾ ਅਰਥ ਕਰਦੇ ਨੇ, ਕਹਿੰਦੇ ਜਿਹੜੇ ਐਸੇ ਗੁਰੂ ਦੇ ਸਿੱਖ ਹੁੰਦੇ ਹਨ ਨਾ, ਕਹਿੰਦੇ ਉਹਨਾਂ ਵਿੱਚ ਐਸੇ ਲੱਛਣ, ਐਸੇ ਕੈਰੇਕਟਰਿਸਟਿਕਸ ਹੁੰਦੇ ਨੇ, ਕਹਿੰਦੇ ਜੇ ਐਸਾ ਸਿੱਖ ਇੱਕ ਵੀ ਇੱਕ ਦੇਸ਼ ਵਿੱਚ ਹੁੰਦਾ ਹੈ ਨਾ, ਓਨਲੀ ਵਨ ਇਨ ਵਨ ਕੰਟਰੀ ਵਿੱਚ ਵੀ ਹੋਵੇ, ਸੋ ਸਾਰੇ ਦੇਸ਼ ਨੂੰ ਸਿੱਖੀ ਦਾਨ ਕਰਦੇ, ਉਹ ਸਾਰੇ ਦੇਸ਼ ਨੂੰ ਸਿੱਖ ਬਣਾ ਲੈਂਦੇ ਨੇ, ਕਿਉਂਕਿ ਉਹਦੇ ਉਹਦਾ ਜਿਹੜਾ ਹੈ ਉਹਦੇ ਵੱਲ ਦੇਖ ਕੇ ਲੋਕਾਂ ਨੇ ਕਹਿਣਾ ਵਾਓ, ਸੋ ਮੱਚ ਆਫ ਵੈਲਿਊ ਇਹ ਜਿਹੜਾ ਹਨ, ਹਾਓ ਜਿਹੜਾ ਹਨ, ਇਹਨਾਂ ਦਾ ਜਿਹੜਾ ਕੈਰੇਕਟਰ ਕਿੰਨਾ ਉੱਚਾ ਅਤੇ ਸੁੱਚਾ ਹੈ, ਇਹਨਾਂ ਦੀ ਸੋਚਣੀ ਕਿੰਨੀ ਡਿਫਰੈਂਟ ਹੈ, ਕਿੰਨੀ ਪ੍ਰੋਗਰੈਸਿਵ ਹੈ, ਸੋ ਉਹ ਦੇਖ ਕੇ ਸਾਰਾ ਦੇਸ਼ ਹੀ ਸਿੱਖ ਬਣ ਜਾਂਦਾ ਹੈ, ਕਿਉਂਕਿ ਉਹਨਾਂ ਦੀ ਚੰਗਿਆਈ ਦੇਖੀ ਹੈ, ਉਹਨਾਂ ਦੇ ਵਿੱਚ ਗੁਣ ਦੇਖੇ ਨੇ,
ਉਹਨਾਂ ਚ ਜਿਹੜੇ ਹਨ ਵਰਚੂਸ ਦਿਖੇ ਹਨ, ਸਭ ਸਦਾ ਉਧਾਰ ਕਰਦੇ ਹੈ। ਫਿਰ ਦੇਖੋ ਸਿੱਖ ਜਿਹੜੇ ਹੁੰਦੇ ਨੇ ਗੁਰੂ ਨਾਨਕ ਦੀ ਬਾਣੀ, ਗੁਰੂ ਦੀ ਬਾਣੀ ਲੈ ਕੇ ਸਾਰਿਆਂ ਦਾ ਉਧਾਰ ਕਰ ਦਿੰਦੇ ਨੇ। ਦੇ ਲਿਬਰੇਟ ਐਵਰੀਬਾਡੀ ਸੋ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ। ਫਿਰ ਜੈਸੇ ਜਿਸ ਬਨ ਮੋਹ ਬਾਵਨ ਚੰਦਨ ਹੁੰਦਾ ਹੈ। ਓਕੇ ਜੰਗੇ ਦੇਖੋ ਨਾ, ਹੁਣ ਬਾਵਨ ਚੰਦਨ ਦੀ ਗੱਲ ਆਈ, ਦੂਜੀ ਲਾਈਨ ਦੀ ਗੱਲ ਹੈ। ਕਹਿੰਦੇ ਜੈਸੇ ਜਿਹੜਾ ਪਹਿਲੀ ਹਾਂ ਸੋਰੀ ਪਹਿਲੀ ਲਾਈਨ ਹੈ ਇਹ, ਕਿਉਂ ਕਹਿੰਦੇ ਜਿਵੇਂ ਬਾਵਨ ਚੰਦਨ ਹੈ, ਜੇ ਕੋਈ ਜੰਗਲ ਵਿੱਚ ਹੋਵੇ ਸੋ ਸਭੇ ਰੁੱਖ ਸਫਲ ਅਸਫਲ ਚੰਦਨ ਹੁੰਦੇ ਹੈ। ਉਹਦੀ ਵਾਸ਼ਨਾ ਦੇ ਨਾਲ, ਫ੍ਰੈਗਨੈਂਸ ਦੇ ਨਾਲ, ਭਾਵੇਂ ਕੋਈ ਦਰਖਤ ਨੂੰ ਫਰੂਟ ਲੱਗਿਆ ਚਾਹੇ ਨਹੀਂ ਲੱਗਿਆ, ਉਹਨੇ ਇਕੁਅਲੀ ਸਾਰਿਆਂ ਨੂੰ ਚੰਦਨ ਕਰ ਦੇਣਾ ਹੈ। ਹੀ ਗਿਵਸ ਯੂ ਫ੍ਰੈਗਨੈਂਸ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ। ਫਿਰ ਫਲ ਬਿਨ ਚੰਦਨ ਬਾਵਨਾ ਆਦ ਅਨਾਦ ਬੇਅੰਤ ਸਦੋਈ। ਹੁਣ ਇਹਦੇ ਅਰਥ ਸੁਣੋ ਜੀ, ਪਰ ਆਪ ਚੰਦਨ ਨੇ ਫਲ ਹੈ। ਹੁਣ ਚੰਦਨ ਆਪ ਨੂੰ ਫਲ ਨਹੀਂ ਲੱਗਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹਨੂੰ ਫਰੂਟ ਕੋਈ ਵੀ ਨਹੀਂ ਲੱਗਦਾ ਚੰਦਨ ਨੂੰ। ਤੇ ਸਾਧ ਸੰਗਤ ਦੇ ਪ੍ਰਸਾਦ ਤੇ ਪਾਪੀ ਪੁੰਨੀ ਸਭ ਸ਼ਬਦ ਬਾਣੀ ਸੁਣ ਕੇ ਗਿਆਨ ਨੂੰ ਪ੍ਰਾਪਤ ਹੁੰਦੇ ਹੈ। ਓਕੇ ਦੇਖੋ, ਕਹਿੰਦੇ ਗੁਰੂ ਐਸਾ ਹੈ ਜਿਵੇਂ ਚੰਦਨ ਹੈ, ਭਾਵੇਂ ਉਹਦੇ ਦਰਖਤਾਂ 'ਚ ਫਰੂਟ ਲੱਗੇ ਆ ਚਾਹੇ ਨਹੀਂ ਲੱਗੇ। ਹੁਣ ਬਾਵਨ ਚੰਦਨ ਨੇ ਸਾਰੇ ਨੂੰ ਆਪਣੀ ਵਾਸ਼ਨਾ ਦੇ ਦੇ, ਜਿਹਨਾਂ ਕੋਲ ਫਰੂਟ ਲੱਗੇ ਆ ਉਹਨਾਂ ਤੋਂ ਕੰਪਲੀਮੈਂਟ ਕਰ ਦੇਣਾ, ਜਿਹਨਾਂ ਨੂੰ ਫਰੂਟ ਨਹੀਂ ਲੱਗੇ ਉਹਨਾਂ ਨੂੰ ਵੀ ਚੰਦਨ ਨੇ ਆਪਣਾ ਸੁਗੰਧੀ ਦੇ ਦੇਣੀ ਹੈ। ਦੈਟ ਮੀਨਸ ਸੰਗਤ ਦੇ ਵਿੱਚ ਗੁਰੂ ਮਹਾਰਾਜ ਸਾਰਿਆਂ ਨੂੰ ਗਿਆਨ ਦਿੰਦੇ ਨੇ। ਸੋ ਦਿਸ ਇਜ਼ ਵਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਮੇਂ 'ਤੇ ਲਾਲ ਪੰਡਿਤ ਆਇਆ, ਉਹਨੇ ਕਿਹਾ ਕਿ ਮੇਰੇ ਨਾਲ ਜਿਹੜਾ ਹੈ ਗੁਰੂ ਹਰਿਕ੍ਰਿਸ਼ਨ, ਬਿਕੋਜ਼ ਹੀ ਵਾਸ ਓਨਲੀ 7 ਈਅਰਸ ਓਲਡ। ਸੋ ਉਹ ਟਾਈਮ 'ਤੇ ਤਾਂ ਮਹਾਰਾਜ ਦੀ ਮੇਰੇ ਖਿਆਲ ਉਮਰ 6.5 ਸਾਲ ਦੀ ਹੋਣੀ ਹੈ, 6.5 ਨਾ, ਹੀ ਵਾਸ ਓਨਲੀ 6.5 ਈਅਰਸ ਓਲਡ। ਸੋ ਜਦੋਂ ਉਹ ਪੰਜੋਖੜਾ ਸਾਹਿਬ ਗਏ, ਉੱਥੇ ਲਾਲ ਪੰਡਿਤ ਆਇਆ ਅਤੇ ਉਹ ਕਹਿੰਦਾ ਇਹਨਾਂ ਦਾ ਨਾਂ ਕੀ ਹੈ? ਉਹ ਕਹਿੰਦੇ ਹਰਿਕ੍ਰਿਸ਼ਨ। ਸੋ ਉਹ ਕਹਿੰਦਾ ਮੈਂ ਕ੍ਰਿਸ਼ਨ ਭਗਵਾਨ ਨੂੰ ਮੰਨਦਾ ਹਾਂ, ਐਂਡ ਹੀ ਜਿਹੜਾ ਆਪਣੇ ਆਪ ਦਾ ਨਾਂ ਇਹਨਾਂ ਨੇ ਹਰਿਕ੍ਰਿਸ਼ਨ ਰੱਖਿਆ, ਦੈਟ ਮੀਨਸ ਹੀ ਇਜ਼ ਗ੍ਰੇਟਰ ਦੈਨ ਕ੍ਰਿਸ਼ਨ ਭਗਵਾਨ, ਹਾਊ ਕੈਨ ਇਟ ਬੀ, ਯੂ ਨੋ। ਸੋ ਕਹਿੰਦੇ ਇਹ ਹਰਿਕ੍ਰਿਸ਼ਨ ਹੈ। ਸੋ ਉਹ ਕਹਿੰਦਾ ਵੀ ਇਹਨਾਂ ਦੀ ਉਮਰ ਕਿੰਨੀ ਆ? ਉਹ ਕਹਿੰਦੇ 6.5 ਸਾਲ ਆ। ਕਹਿੰਦਾ ਫਿਰ ਤਾਂ ਬੱਚਾ ਹੀ ਆ ਵਿਚਾਰਾ, ਯੂ ਨੋ। ਕਹਿੰਦਾ ਚਲਾ, ਜੇ ਉਹ ਆਪਣੇ ਆਪ ਨੂੰ ਹਰਿਕ੍ਰਿਸ਼ਨ ਕੋ ਹੁੰਦਾ ਹੈ, ਆਈ ਐਮ ਜਿਹੜਾ ਪੰਡਿਤ ਕਹਿੰਦਾ ਮੈਂ ਮਾਸਟਰ ਹਾਂ ਭਾਗਵਤ ਦਾ, ਮੈਂ ਮਾਸਟਰ ਹਾਂ ਗੀਤਾ ਦਾ। ਕਹਿੰਦਾ ਮੈਨੂੰ ਜਿਹੜਾ ਹੈ ਅਰਥ ਸੁਣਾਉਣ, ਕਹਿੰਦਾ ਮੈਨੂੰ ਸਾਰੇ ਅਰਥ ਕਰਕੇ ਦੱਸਣ ਭਗਵਤ ਗੀਤਾ ਦੇ। ਸੋ ਕੀ ਹੋਇਆ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰ ਕੋਲ ਸਾਖੀ ਲੰਮੀ ਹੈ, ਪਹਿਲੇ ਦਿਨ ਆਇਆ, ਫਿਰ ਮਹਾਰਾਜ ਕਿਹਾ ਦੂਜੇ ਦਿਨ ਆਏ। ਸੋ ਮਹਾਰਾਜ ਇਹਨੂੰ ਕਿਹਾ ਕਿ ਤੂੰ ਬੰਦਾ ਲੱਭ ਕੇ ਲਿਆ, ਅਸੀਂ ਅਰਥ ਉਹਦੇ ਤੋਂ ਕਰਾਵਾਂਗੇ। ਸੋ ਇਹਨੇ ਕੀ ਕੀਤਾ, ਟਾਊਨ ਵਿੱਚ ਗਿਆ, ਜਾ ਕੇ ਇੱਕ ਡੰਮ ਬੰਦਾ, ਜਿਹੜਾ ਡੰਮ ਹੋਵੇ ਅਤੇ ਮਿਊਟ ਹੋਵੇ, ਉਹ ਬੰਦਾ ਚੱਕ ਲਿਆ, ਜਿਹਦਾ ਨਾਂ ਸੀ ਛੱਜੂ। ਸੋ ਇਹਨੇ ਕੀ ਕੀਤਾ ਜੀ, ਉਹ ਛੱਜੂ ਨੂੰ ਲਿਆਉਂਦਾ, ਜਿਹੜਾ ਬੋਲ ਵੀ ਨਹੀਂ ਸਕਦਾ, ਸੁਣ ਵੀ ਨਹੀਂ ਸਕਦਾ। ਸੋ ਇਹਨੇ ਆਪਣੇ ਮਨ 'ਚ ਬਹੁਤ ਖੁਸ਼ ਹੋਇਆ, ਕਹਿੰਦਾ ਮੈਂ ਗੁਰੂ ਨੂੰ ਜਰ ਤਮਾਸ਼ਾ ਬਣਾਵਾਂਗਾ। ਹਾਂਜੀ, ਇਹਨੂੰ ਨਾ ਸੁਣਨਾ ਨਾ ਇਹਨੂੰ ਬੋਲਣਾ ਆਉਂਦਾ। ਤੀਜੀ ਗੱਲ, ਛੱਜੂ ਕੀ ਕਰਦਾ ਸੀ, ਹੀ ਵਾਸ ਵਾਟਰ ਕੈਰੀਅਰ, ਉਹ ਪਾਣੀ ਧੋਂਦਾ ਹੁੰਦਾ ਸੀ ਇੱਕ ਥਾਂ ਤੋਂ ਦੂਜੇ ਥਾਂ। ਹੀ ਵਾਸ ਲੇਬਰ ਐਂਡ ਡਜ਼ਨਟ ਨੋ ਈਵਨ ਏ ਓ ਬੀ ਓ ਸੀ, ਨਥਿੰਗ, ਜ਼ੀਰੋ ਸੀਗਾ ਉਹ, ਕਿਤੇ ਵੀ ਨਹੀਂ ਉਹ ਕਲਾਸ ਗਿਆ ਨਾ ਪੜ੍ਹਿਆ। ਮਹਾਰਾਜ ਦੇ ਕੋਲ ਲਿਆ ਕੇ ਲਿਆਂਦਾ, ਕਹਿੰਦਾ ਆਹ ਬੰਦਾ ਹੈ, ਮਹਾਰਾਜ ਇਹਦੇ ਤੋਂ ਅਰਥ ਕਰਾ ਦਿਉ। ਮਹਾਰਾਜ ਕਹਿੰਦੇ ਇਹਦਾ ਇਸ਼ਨਾਨ ਕਰਾ ਕੇ ਲਿਆਓ। ਪਹਿਲਾਂ ਉਹਦਾ ਇਸ਼ਨਾਨ ਕਰਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਬਿਠਾਤਾ। ਮਹਾਰਾਜ ਟੁੱਕ ਹੀ ਸਟਿੱਕ, ਮਹਾਰਾਜ ਦੇ ਹੱਥ ਵਿੱਚ ਸਟਿੱਕ ਹੁੰਦੀ ਸੀਗੀ। ਸੋ ਆਮ ਕਰਕੇ ਸਟਿੱਕ ਜਿਹੜੀ ਹੈ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਵੀ ਹੋਇਆ ਕਰਦੀ ਸੀਗੀ, ਅਤੇ ਜਿਹੜਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਵੀ ਹੋਇਆ ਕਰਦੀ ਸੀਗੀ। ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹ ਸਟਿੱਕ ਚੱਕੀ, ਛੱਜੂ ਦੇ ਸਿਰ 'ਤੇ ਰੱਖੀ, ਜਸਟ ਕੈਪ ਔਨ ਹਿਸ ਹੈਡ ਦ ਸਟਿੱਕ, ਅਤੇ ਪੰਡਿਤ ਨੂੰ ਕਹਿੰਦੇ ਬੋਲ ਪੜ੍ਹ। ਉਹਨੇ ਪੰਕਤੀਆਂ ਪੜ੍ਹੀਆਂ ਜਿਹੜੀਆਂ ਜਿਹੜੀਆਂ ਹਨ ਆਪਣੇ ਭਾਗਵਤ ਗੀਤਾ ਦੀਆਂ ਪੜ੍ਹੀਆਂ, ਐਂਡ ਹੀ ਟੁੱਕ ਦ ਮੋਸਟ ਡਿਫੀਕਲਟ ਪੰਕਤੀ, ਦ ਮੋਸਟ ਡਿਫੀਕਲਟ ਜਿਹੜੇ ਸਾਂਝੇ ਸੀਗੇ ਉਹਨੇ ਕੱਢ ਕੇ ਰੱਖੇ ਗਿਆਨ ਵਾਲੇ। ਛੱਜੂ ਨੇ ਉਸੇ ਵੇਲੇ ਅਰਥ ਕਰ ਦਿੱਤੇ, ਜਿਹੜਾ ਦੂਜੀ ਪੰਕਤੀ ਪੜ੍ਹੀ ਉਹਦੇ ਅਰਥ ਕਰ ਦਿੱਤੇ। ਹੀ ਟੁੱਕ ਦ ਮੋਸਟ ਡਿਫੀਕਲਟ ਵਨਸ ਐਂਡ ਹੀ ਵਾਸ ਸੋ ਇੰਪ੍ਰੈਸ ਵਿਦ ਦ ਮੀਨਿੰਗਸ। ਸੋ ਮਹਾਰਾਜ ਨੇ ਜਿਹੜਾ ਹੈ ਛੱਜੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਪੈ ਗਿਆ, ਅਤੇ ਛੱਜੂ ਬਿਕੇਮ ਅ ਸਿੱਖ। ਸੋ ਛੱਜੂ ਨੂੰ ਸਿੱਖ ਬਣਾ ਕੇ ਉਹ ਡੰਮ ਨਹੀਂ ਰਿਹਾ, ਮਿਊਟ ਨਹੀਂ ਰਿਹਾ, ਸਭ ਕੁਝ ਉਹਦਾ ਠੀਕ ਕਰਤਾ, ਅਤੇ ਉਹਦੇ ਕੁਲ ਦੇ ਵਿੱਚੋਂ ਫਿਰ ਭਾਈ ਹਿੰਮਤ ਸਿੰਘ ਆਏ 5 ਪਿਆਰਿਆਂ ਵਿੱਚੋਂ। ਸੀ ਹਾਓ ਮਹਾਰਾਜ ਨੇ ਇੱਕ ਕੈਸੇ ਬੰਦੇ ਨੂੰ ਚੁੱਕ ਕੇ ਕਿੱਥੇ ਲੈ ਕੇ ਬਿਠਾਤਾ ਇਹਨੂੰ, ਦੈਟਸ ਹਾਓ ਮਹਾਰਾਜ ਡਸ। ਐਂਡ ਮਹਾਰਾਜ ਦੀ ਉਮਰ ਕੀ ਸੀਗੀ? 6 ਈਅਰਸ 6.5 ਈਅਰਸ ਹੋਰ। ਹਾਂਜੀ, ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਐਸੇ ਨੇ, ਕਹਿੰਦੇ ਭਾਵੇਂ ਸਿੱਖ ਕੋਲ ਕਮਾਈ ਹੋਵੇ ਨਾ ਹੋਵੇ, ਗੁਰੂ ਫਿਰ ਵੀ ਕਰ ਦਿੰਦਾ ਹੈ, ਬਿਕੋਜ਼ ਗੁਰੂ ਸਮਰੱਥ ਹੈ। ਦੈਟਸ ਦ ਡਿਫਰੈਂਸ। ਸਮਟਾਈਮਸ ਵੀ ਲੀਵ ਗੁਰੂ ਨਾਨਕ ਟੂ ਗੋ ਟੂ ਦਾ ਪਖੰਡੀ ਗੁਰੂਸ, ਆਪਾਂ ਪਖੰਡੀਆਂ ਨੂੰ ਗੁਰੂ ਬਣਾ ਲੈਂਦੇ ਹਾਂ, ਇਹਨੂੰ ਗੁਰੂ ਬਣਾ ਲਿਆ ਉਹਨੂੰ, ਯਾਦ ਰੱਖਿਓ ਆ ਜਿੰਨੇ ਤਰ੍ਹਾਂ ਦੇ ਗੁਰੂ ਇੱਥੇ ਦੱਸੇ ਆ ਨਾ, ਇਹੀ ਹਾਲ ਦੁਨੀਆ ਦਾ ਹੈ। ਕੋਈ ਚੰਦਨ ਵਰਗਾ ਗੁਰੂ ਬੈਠਾ ਹੋਊਗਾ, ਕੋਈ ਪਾਰਸ ਵਰਗਾ ਬੈਠਾ ਹੋਊਗਾ, ਕੋਈ ਗੰਗਾ ਵਰਗਾ ਬੈਠਾ ਹੋਊਗਾ, ਕੋਈ ਹੰਸਾਂ ਵਰਗਾ ਬੈਠਾ ਹੋਊਗਾ, ਇਹ ਨੋ, ਬਟ ਯੂ ਡੋਂਟ ਹੈਵ ਅ ਕੰਪਲੀਟ ਗੁਰੂ। ਗੁਰੂ ਨਾਨਕ ਇਜ਼ ਦ ਓਨਲੀ ਵਨ। ਗੁਰੂ ਨਾਨਕ ਕੋਲ ਇੰਨੀ ਸਮਰੱਥਾ ਹੈ, ਇਫ ਯੂ ਆਰ ਜ਼ੀਰੋ ਹੀ ਕੈਨ ਮੇਕ ਯੂ ਅ ਸੇਂਟ, ਦੈ ਐਂਡ ਦੈ ਹੀ ਕੈਨ ਮੇਕ ਯੂ ਗੋਡ ਹਿਮਸੈਲਫ।
दैट इज द शक्ति दैट गुरु हैज। गुरु महाराज को की नहीं है, सिर्फ अपने को विश्वास नहीं है। हाँ जी, पूरा सतगुरु क्या करे जो सिखा मैं चूक, जे सिखा दे विच गलती है फिर गुरु समर्थ की कर सकता है ना। सो जो आप ही नहीं जाना, तुसी डॉक्टर को गए नहीं, डॉक्टर ने थोन दवाई की देनी है, थोन जाना तो पौगा ना उदे कोल। हाँ जी, ये गल हो जाती है ना। सो भरोसा चाहिए गुरु से। सो इतने भाई मनी सिंह वो गल आपको समझा रहे हैं, सबना दा उधार होंदा है, कहने के सारे दा उधार होंदा है, इनडिस्क्रिमिनेटली सारियां नू उधार, सारियां नू लिबरेट करते हैं गुरु। चंदन बावन चंदनो, चंदन वासना चंदन होई। सो इधर लाइन है, अर्थ सुनो, चंदन बावना थी जेड़ा चंदन होंदा है, सो होर बिरखा नू चंदन नहीं करदा। ओके, जो चंदन तो वासना लंदा ट्री वो दूजियां नू वासना दे ही दे सकदा, सिर्फ चंदन दे सकदा है। सो जे चंदन तो कोई दरख्त चंदन बनया है, ओ गां किसी नू चंदन नहीं बना सकता। ते साध संगत थी जो ज्ञान नू प्राप्त होंदे हैं, सो होरना नू पी गुरमत प्राप्त करदे हैं। सो देखो, पर गुरसिख की है, कहंदे गुरसिख ता ऐसे गुरु नानक दा उपदेश लेके होर किसी नू देके उनू भी गुरसिख बना लेंदे है, उनू देके उपदेश होर किसी नू बना लेंदे ने। जिवें इक साखी आउंदी है ना, एक भाई गड़िया जी होए, भाई गड़िया जी गुरु हरगोबिंद साहिब महाराज दे सिख सिख सन। महाराज ने उन्हां नू कश्मीर भेजिया, तो कश्मीर भेजिया, कहिंदे उत्थे जाके प्रचार कर। हाँ जी, उन्होंने प्रचार करन वास्ते भाई गड़िया जी ने भेजिया कश्मीर। सो एक बार भाई गड़िया जी ना कश्मीर तो वापस आ रहे सन, तो रास्ते विच एक मुसलमान मियाँ दौला सीगा, मियाँ दौला एक मुसलमान सीगा, पीर सीगा, तो ये बड़ा परमात्मा का प्यारा सी, परमात्मा खुदा अल्लाह नू बहुत याद करता हुंदा सी, ते गुरु नानक नू भी बड़ा मनदा हुंदा सी। सो की होया, भाई गड़िया उहदे कोल चलिया गया, भाई गड़िया नू कहिंदा मैनू बाणी सुना। भाई गड़िया ने श्री सुखमनी साहब का पाठ सुनाया, उन्हें वो सुन के बहुत खुश होया, इन्ना खुश होया, उन्हें सिख की बहुत सेवा की, सेवा करता रहा कई दिन, उन्हें सेवा की। एक दिन भाई गड़िया जी कहते, हूँ मैं वापस जाना, आई हैव टू गो बैक। हाँ जी, सो वो जड़ा है नाल जड़ा है मियाँ दौला जड़ा है, भाई गड़िया जी सामने तुरी जान, ये मियाँ दौला पिछे पिछे चलता आंदा, छड्डन चलिया भाई गड़िया जी ने, काफ़ी दूर तक छड्डन वास्ते गया। तो जांदिया जांदिया ना मियाँ दौला ने भाई गड़िया जी ने देखिया, उन्होंने स्लीपर ना टुटे हुए थे, उन्होंने जे फुटवेयर से टुटे हुए सन। तो की होया, टुटे जड़े होंगे ना, कहते जो फुटवेयर टुटिया होंगे की होंगे, जो वो धूड़ ना जी डस्ट होंगी है वह उत्ते उड़ती है, राइट, वो अपने कपड़िया लगती है। सो वो डस्ट सारी जी सी अपने भाई गड़िया के कपड़िया लगी जाए, तो मियाँ दौला के मन में एक ख्याल आया, कहिंदा ये गुरु कैसा है, कहिंदा कहिंदा गुरु नानक तो एडा वड्डा गुरु है, कहिंदा गुरु ने इस सिख नूं शक्ति नहीं दित्ती, भाई ये बेचारा की टुटियां जुत्तियां पाई फिरदा है, जुत्ती तो चंगी पालवे, इनू गुरु ने जुत्ती भी नहीं दित्ती, जे जुत्ती नहीं दित्ती इनू कोई शक्ति भी नहीं दित्ती, 18 रिधियां सिद्धियां विचों कुछ नहीं दित्ता इनू। सो ये मन में ख्याल आया, भाई गड़िया जी नूं पता लग गया भी इन्हें मन च डाउट आ गया गुरु वास्ते, तो भाई गड़िया जी ने उस वेले पता की किया, ही डिडंट टेल हिम एनीथिंग, वो पिछे तुरै आ रहा अपना तुट लैके। भाई गड़िया जी ने की किया, वो जी धरती से ना थले मिट्टी सी जी, वाल निगाह की, ही मेड द होल जी है लैन जी है द सेंड है टू गोल्ड, वो सारी धरती सोने की बनाती भाई गड़िया जी ने देख के। सो मियाँ दौला देख के हैरान हो गया, दूजा एक थे जी पई सी उत्थे जिहड़ा है मिट्टी की थे जी पई, भाई गड़िया ने निगाह अपनी उहदे ते कीती, उहनू डायमंड्स हीरियां दे नाल भर दिता सारे, मौजरा वेरी वेरी प्रैशस डायमंड्स उहदे उत्ते सारे करते जी भरी पई। सो की होया जी, मियाँ दौला देख के हैरान हो गया, ते मियाँ दौला नूं भाई गड़िया कहिंदा, कहिंदा मेरे गुरु ते शंका ना कर, मेरे गुरु ने मैनूं बहुत कुछ दिता है, इन्नियां शक्तियां दित्तियां है कि मन जे वरतना चाहिए तो बहुत कुछ गुरु का दिता होया, पर असी वरतदे नहीं, क्योंकि गुरु का उपदेश की है, कहिंदे हिरदे विच ज्ञान रखना है, मुख ते भगती है, ते वर्तन वैराग है, कहिंदे किसी नूं दिखाउणा नहीं, सीधे साधे होके रहना है, शो ऑफ नहीं करना, कहिंदे ये मेरे गुरु का उपदेश है। सो की होया, मियाँ दौला जिहड़ा सी ना भाई गड़िया दे चरनी पै गया, मत्था टेकिया उसने, कहिंदे ऐसा तेरा गुरु है। देखो शक्ति कोई दे दिंदा है, दे दवे कोई शक्ति कमा लैंदा है, कमा सकता है, पर उस शक्ति नूं जरना कंट्रोल करना बहुत औखा है, वह तो सिर्फ पूरा गुरु ही दे सकता है। सो ऐसा जिहड़ा इत्थे दस्सिया है कि गुरु महाराज च इन्नियां शक्तियां ने,
महाराज जो मर्जी देना दे सकते ने, ਉਹ ਤਾਂ ਜਿਹੜਾ ਹੈ ਜ਼ੀਰੋ ਨੂੰ ਸਭ ਤੋਂ ਵੱਡਾ ਜਿਹੜਾ ਮਾਲਕ ਦੁਨੀਆਂ ਦਾ ਬਣਾ ਸਕਦੇ ਨੇ ਉਹ ਤਾਂ ਐਸੇ ਹਨ। ਅਸ਼ਟ ਧਾਤ ਇੱਕ ਧਾਤ ਹੋਏ, ਕਹਿੰਦੇ ਜੋ ਅਸ਼ਟ ਧਾਤਾਂ ਨੂੰ ਇੱਕ ਧਾਤ ਜਿਹੜੇ ਬਣਾ ਦਿੰਦਾ ਹੈ। ਪਾਰਸ ਪਰਸੇ ਕੰਚਨ ਜੋਈ, ਸੋ ਜੋ ਜਿਹੜੀਆਂ ਅੱਠਾਂ ਧਾਤਾਂ ਨੂੰ ਜਿਹੜਾ ਪਾਰਸ ਛੋਹ ਕੇ ਸੋਨਾ ਬਣਾ ਦਿੰਦਾ ਹੈ। ਕੰਚਨ ਹੋਈ ਨਾ ਕੰਚਨ ਵਰਤਾਰੇ ਵਰਤੇ ਸਭ ਲੋਈ। ਹਾਂ, ਸੋ ਇਹਦੀ ਅਰਥ ਸੁਣੋ ਜੀ। ਤੇ ਕੰਚਨ ਹੋਰਸ ਨੂੰ ਕੰਚਨ ਨਹੀਂ ਕਰ ਸਕਦਾ। ਹਾਂ, ਸੋ ਸੋਨਾ ਬਣਿਆ ਹੋਇਆ ਦੂਜੇ ਸੋਨੇ ਨੂੰ ਸੋਨਾ ਨਹੀਂ ਬਣਾ ਸਕਦਾ, ਸਿਰਫ ਪਾਰਸ ਸੋਨਾ ਬਣਾ ਦੇਗਾ। ਬਣਿਆ ਹੋਇਆ ਸੋਨਾ ਦੂਜੇ ਸੋਨੇ ਨੂੰ ਸੋਨਾ ਬਣਾਉਂਦਾ। ਨਦੀਆਂ ਨਾਲੇ ਗੰਗ ਸੰਗ ਸਾਗਰ ਸੰਗਮ ਖਾਰਾ ਸੋਈ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਕਹਿੰਦੇ ਜਿੰਨੀਆਂ ਵੀ ਗੰਗਾ ਹੈ, ਗੰਗਾ ਜਦੋਂ ਨਾਲੇ ਗੰਗਾ ਵਿੱਚ ਪੈਂਦੇ ਨੇ ਉਹ ਗੰਗਾ ਬਣ ਜਾਂਦੇ ਨੇ, ਪਰ ਜਦੋਂ ਗੰਗਾ ਗਾਂਹ ਜਾਂਦੀ ਹੈ ਉਹ ਸਮੁੰਦਰ ਵਿੱਚ ਵੜ ਕੇ ਖਾਰੀ ਹੋ ਜਾਂਦੀ ਹੈ। ਨਦੀਆਂ ਨਾਲੇ ਜਿਹੜੇ ਗੰਗਾ ਨਾਲ ਰਲਦੇ ਹਨ, ਸੋ ਜਿਹੜੇ ਨਾਲੇ ਗੰਗਾ ਨਾਲ ਰਲਦੇ ਹਨ, ਸੋ ਗੰਗਾ ਸਭਨਾਂ ਨੂੰ ਪਵਿੱਤਰ ਕਰਦੀ ਹੈ। ਉਹ ਗੰਗਾ ਸਾਰਿਆਂ ਨੂੰ ਪਵਿੱਤਰ ਕਰ ਦਿੰਦੀ ਹੈ, ਸਾਰਿਆਂ ਨੂੰ ਗੰਗਾ ਹੀ ਬਣਾ ਦਿੰਦੀ ਹੈ। ਤ੍ਰਿਲੋਕੀ ਉਹਨਾਂ ਨੂੰ ਪੂਜਦੀ ਹੈ, ਸੋ ਤ੍ਰਿਲੋਕੀ ਤਿੰਨੇ ਲੋਕਾਂ ਦੇ ਲੋਕ ਉਹਨੂੰ ਪੂਜਦੇ ਹਨ ਗੰਗਾ ਨੂੰ। ਪਰ ਸਮੁੰਦਰ ਨਾਲ ਮਿਲ ਕੇ ਫੇਰ ਪਾਣੀ ਖਾਰਾ ਹੋ ਜਾਂਦਾ। ਦੇਖੋ ਗੰਗਾ ਦੀ ਇੰਨੀ ਪੂਜਾ ਹੁੰਦੀ ਹੈ, ਪਰ ਗੰਗਾ ਜਦੋਂ ਸਮੁੰਦਰ ਚ ਰਲਦੀ ਹੈ ਫਿਰ ਵੀ ਖਾਰੀ ਦੀ ਖਾਰੀ ਹੋ ਜਾਂਦੀ ਹੈ। ਉਹ ਵੀ ਆਪਣੇ ਆਪ ਨੂੰ ਡਿਸਟਿੰਗਿਸ਼ ਕਰਕੇ ਨਹੀਂ ਰੱਖ ਸਕਦੀ, ਉਹ ਆਪਣੇ ਆਪ ਨੂੰ ਐਕਸਕਲੂਸਿਵ ਕਰਕੇ ਨਹੀਂ ਰੱਖ ਸਕਦੀ। ਜਦੋਂ ਉਹ ਗੰਗਾ ਜਾਂਦੀ ਹੈ ਸਮੁੰਦਰ ਚੋਂ ਬਣ ਜਾਂਦੀ ਹੈ। ਦੇਖੋ ਗੰਗਾ ਦੇ ਪਾਣੀ ਨੂੰ ਹਰ ਕੋਈ ਕਹਿੰਦਾ ਹੈ, ਇੰਡੀਆ 'ਚ ਤੁਸੀਂ ਦੇਖਿਆ ਕਿਵੇਂ ਪੂਜਾ ਹੁੰਦੀ ਹੈ ਗੰਗਾ ਦੀ, ਪਰ ਜਦੋਂ ਗੰਗਾ ਸਮੁੰਦਰ ਵਿੱਚ ਜਾਂਦੀ ਹੈ ਉਹ ਫਿਰ ਵੀ ਖਾਰੀ ਹੋ ਜਾਂਦੀ ਹੈ ਨਾ, ਉਹ ਫਿਰ ਵੀ ਆਪਣੇ ਆਪ ਨੂੰ ਮੈਂਟੇਨ ਨਹੀਂ ਕਰ ਸਕਦੀ ਆਪਣੇ ਸਟੇਟਸ ਨੂੰ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਕਿ ਜਿਹੜੇ ਗੁਰੂ ਜਿਹੜੇ ਹਨ ਦੁਨਿਆਵੀ ਗੁਰੂ ਨੇ, ਉਹ ਭਾਵੇਂ ਕਿੱਡੇ ਵੀ ਵੱਡੇ ਹੋ ਜਾਣ, ਪਰ ਜਦੋਂ ਮੌਤ ਆਉਂਦੀ ਹੈ ਡਰ ਉਹਨਾਂ ਨੂੰ ਵੀ ਲੱਗਦਾ ਹੈ। ਬਗਲਾ ਹੰਸ ਨਾ ਹੋਵਈ ਮਾਨ ਸਰੋਵਰ ਜਾਏ ਖਲੋਈ, ਵੀਹਾਂ ਦੇ ਵਰਤਾਰੇ ਉਹੀ। ਹਾਂਜੀ, ਹੁਣ ਸੁਣੋ ਜੀ ਅਰਥ। ਤੇ ਬਗਲਾ ਹੰਸਾਂ ਦੇ ਨਾਲ ਹੰਸ ਨਹੀਂ ਹੋ ਜਾਂਦਾ। ਦੇਖੋ ਬਗਲਾ ਕ੍ਰੇਨ ਹੰਸਾਂ ਦੇ ਨਾਲ ਰਲ ਕੇ ਹੰਸ ਨਹੀਂ ਬਣ ਜਾਂਦਾ। ਤੇ ਮਾਨ ਸਰੋਵਰ ਤੇ ਜਾਏ ਬੈਠੇ ਤੇ ਮੋਤੀ ਨਹੀਂ ਚੁਗਦਾ। ਹੁਣ ਮੋਤੀ ਵੀ ਨਹੀਂ ਚੁਗਦਾ ਉੱਥੇ, ਉਹਨੂੰ ਮੋਤੀ ਚੰਗੇ ਨਹੀਂ ਲੱਗਦੇ। ਤੇ ਹੰਸਾਂ ਦਾ ਬੱਚਾ ਬਗਲਿਆਂ ਨਾਲ ਮਿਲ ਕੇ ਹੋਰਨਾਂ ਸਰਾਂ ਤੇ ਬੈਠਦਾ ਹੈ। ਸੋ ਹੰਸਾਂ ਦਾ ਬੱਚਾ ਜਿਹੜਾ ਹੈ ਭਾਵੇਂ ਬਗਲਿਆਂ ਨਾਲ ਰਲ ਵੀ ਜਾਵੇ, ਬਗਲਿਆਂ ਦੀ ਸੰਗਤ ਵੀ ਕਰ ਲਈ, ਪਰ ਫਿਰ ਵੀ ਕਹਿੰਦੇ ਉਹਨਾਂ ਨਾਲ ਮਿਲ ਕੇ ਵੀ ਹੀ ਕੁਡਨ ਸ਼ੇਅਰ ਹਿਸ ਫੂਡ, ਉਹਦਾ ਫੂਡ ਫੇਰ ਵੀ ਨਹੀਂ ਸ਼ੈ ਹੁੰਦਾ। ਤਾਂ ਉੱਥੇ ਮੋਤੀ ਨਹੀਂ ਹੁੰਦੇ, ਕਿਉਂਕਿ ਉੱਥੇ ਮੋਤੀ ਨਹੀਂ ਹੁੰਦੇ ਜੋ ਜੋ ਹੰਸਾਂ ਨੇ ਖਾਣੇ ਹਨ। ਇਸੇ ਤਰ੍ਹਾਂ ਹੀ ਸਿੱਖ ਹੈ, ਜਿੱਥੇ ਵੀ ਸਿੱਖ ਜਾਂਦਾ ਹੈ ਨਾ, ਜਿੱਥੇ ਉਹਦੇ ਅਗੇਂਸਟ ਕੋਈ ਚੀਜ਼ ਹੁੰਦੀ, ਜਿਵੇਂ ਹੁਣ ਸਿੱਖ ਹੈ ਜਿੱਥੇ ਜਾਏਗਾ ਜਿੱਥੇ ਨਸ਼ਾ ਹੈ, ਜਿਹੜਾ ਸਿੱਖ ਨਹੀਂ ਨਸ਼ਾ ਪੀਏਗਾ, ਜਿਹੜਾ ਹੈ ਉੱਥੋਂ ਜਿਹੜਾ ਹੈ ਉਹਨੂੰ ਨਸ਼ਾ ਨਹੀਂ ਚੰਗਾ ਲੱਗਦਾ, ਉਹ ਉੱਥੋਂ ਵੈਸਾ ਹੀ ਆ ਜਾਏਗਾ। ਸੋ ਇਹ ਸਿੱਖ ਦੇ ਕਰਤੱਵ ਹਨ, ਜਿੱਥੇ ਮਾਸ ਹੋਊਗਾ ਸਿੱਖ ਜਾਏਗਾ ਉਹਨੇ ਮਾਸ ਨਹੀਂ ਛਕੇਗਾ, ਉਹਨੇ ਉਹਦਾ ਖਾਣਾ ਨਹੀਂ ਹੈ। ਸੋ ਇਸੇ ਤਰ੍ਹਾਂ ਜਿਹੜਾ ਹੈ ਕਹਿੰਦੇ ਹੰਸਾਂ ਦਾ ਖਾਣਾ ਜਿਹੜਾ ਪਰਲਸ ਹੁੰਦੇ ਨੇ, ਉਹਨੇ ਸਵੱਛ ਖਾਣਾ ਖਾਣਾ ਹੁੰਦਾ ਹੈ, ਉਹ ਆਮ ਦੁਨੀਆ ਦੀ ਤਰ੍ਹਾਂ ਨਹੀਂ ਵੀ ਜਿੱਥੇ ਗਿਆ ਉੱਥੇ ਸਭ ਕੁਛ ਖਾ ਲਿਆ। ਫਿਰ ਤਾਂ ਫਿਰ ਮਾਨ ਸਰੋਵਰ ਜਾਏ ਬੈਠਦਾ ਹੈ ਤੇ ਮਾਨਕ ਮੋਤੀ ਚੁਗਦਾ ਹੈ। ਮਾਨ ਸਰੋਵਰ ਤੇ ਬਹਿ ਕੇ ਫਿਰ ਮੋਤੀ ਉਹ ਚੁਗਦਾ ਹੈ। ਤੈਸੇ ਗੁਰੂ ਕੇ ਸਿੱਖ ਜੋ ਹੈ ਸੋ ਇੱਕੀਆਂ ਦੇ ਵਰਤਾਰੇ ਹੈ। ਕਹਿੰਦੇ ਹੁਣ ਗੁਰੂ ਦੇ ਸਿੱਖ ਜਿਹੜੇ ਆ ਨਾ ਉਹ ਇੱਕੀਆਂ ਦੇ ਵਰਤਾਰੇ ਵਰਤਦੇ ਨੇ। ਇੱਕੀ ਜਿੱਥੇ ਜਿਹੜਾ ਹੈ ਉਹ ਜਿਹੜਾ ਹੈ ਡਾਊਟ ਮੁੱਕ ਜਾਂਦਾ ਹੈ, ਜਿੱਥੇ ਉਹ ਡਾਊਟ ਬਦਲ ਕੇ ਪਰਮੇਸ਼ਰ ਦਾ ਆਪਣਾ ਸਰੂਪ ਬਣ ਕੇ ਇੱਕ ਪਰਮੇਸ਼ਰ ਵਿੱਚ ਮਿਲਾ ਦਿੰਦਾ ਹੈ। ਸੋ ਹੁਣ ਉੱਥੇ ਕੀ ਹੁੰਦਾ ਕਹਿੰਦੇ ਇੱਕੀਆਂ ਦੇ ਵਰਤਾਰੇ ਭਾਈ ਸ਼ਹੀਦ ਭਾਈ ਮਨੀ ਸਿੰਘ ਦੱਸਦੇ ਹਨ ਕੀ ਹਨ। ਤੁਰਿਆ ਗੁਣ ਵਿੱਚ ਵਰਤਦੇ ਹਨ। ਸਿੱਖ ਇੱਕ ਅਵਸਥਾ ਜਿਹਦਾ ਨਾਂ ਤੁਰਿਆ, ਤੁਰਿਆ ਅਵਸਥਾ ਵਿੱਚ ਰਹਿੰਦੇ ਹਨ। ਜੇ ਸੰਗਤ ਜੇ ਕੁਸੰਗੀ ਦੇ ਸੰਗਤ ਕਰਕੇ ਸੰਤਾਂ ਦੇ ਮਿਲਾਪ ਵਾਲੇ ਵਿਖਿਆ ਵਿੱਚ ਜਾਂਦੇ ਵੀ ਹਨ ਤਾਂ ਉੱਥੇ ਸ਼ਬਦ ਦਾ ਪਰਚਾ ਨਹੀਂ ਹੁੰਦਾ, ਤਾਂ ਉੱਥੋਂ ਉਦਾਸ ਹੋਏ ਕਿ ਫਿਰ ਗੁਰੂ ਕੀ ਬਾਣੀ ਆਏ ਸੁਣਦੇ ਹੈ। ਜੇ ਸਿੱਖ ਜਿਹੜੇ ਹੁੰਦੇ ਭਾਵੇਂ ਕੁਸੰਗੀ ਜਿਹੜੇ ਚੁਗਲਖੋਰ ਬੰਦੇ ਨੇ, ਲੋਕਾਂ ਦਾ ਮਾੜਾ ਮੰਗਣ ਵਾਲੇ, ਮਾੜਾ ਲੁਚਣ ਵਾਲੇ, ਇਹੋ ਜਿਹੀ ਸੰਗਤ ਵਿੱਚ ਜੇ ਸਿੱਖ ਚੱਲਿਆ ਵੀ ਜਾਵੇ ਉਹਦਾ ਜੀ ਨਹੀਂ ਲੱਗਦਾ, ਉਹ ਫਿਰ ਮੁੜ ਕੇ ਆਉਂਦਾ ਹੈ ਗੁਰੂ ਘਰ 'ਚ ਆਉਂਦਾ ਹੈ, ਫਿਰ ਜਾ ਕੇ ਗੁਰਬਾਣੀ ਪੜ੍ਹਦਾ ਹੈ, ਕਿਉਂਕਿ ਉਹਦਾ ਮਨ ਜਿਹੜਾ ਹਮੇਸ਼ਾ ਗੁਰਬਾਣੀ ਨਾਲ ਜੁੜਿਆ ਹੋਇਆ ਹੈ। ਜੇ ਕਿਤੇ ਇਹ ਸੰਗਤ ਵਿੱਚ ਚੱਲਿਆ ਵੀ ਜਾਵੇ ਭੈੜੀ ਸੰਗਤ, ਉੱਥੋਂ ਨਿਕਲ ਕੇ ਆ ਜਾਂਦਾ ਹੈ, ਉਹ ਬਹੁਤਾ ਚਿਰ ਨਹੀਂ ਉੱਥੇ ਠਹਿਰਦਾ, ਕਿਉਂਕਿ ਉਹਦਾ ਮਨ ਜਿਹੜਾ ਬਾਣੀ ਉਹਨੂੰ ਚਾਹੀਦੀ ਹੈ, ਉਹਨੂੰ ਬਾਣੀ ਅਤੇ ਉਹਨੂੰ ਸੱਚ ਨਾਲ ਪਿਆਰ ਹੈ।
बिकॉज जदों तक आपां नूं सच नाल प्यार ना होवे ना उदों तक आपां चुगलियां भी सुन लांगे, आपां किसे दा बकवास भी सुन लैंदे हाँ, बहुत कुछ आपां भैड़ी संगत विच भी चले जांदे हाँ। पर जिद्दन आपां नूं सच दा स्वाद आ गया ना, ਉਹ ਸੱਚ ਦਾ ਸਵਾਦ ਜਦੋਂ ਆਇਆ ਫਿਰ ਸਿੱਖ ਨੂੰ ਤੁਸੀਂ ਬਾਣੀ ਪੜ੍ਹਨੀ ਚੰਗੀ ਲੱਗਦੀ ਹੈ ਤੇ ਕੰਚਨ ਤਾਂ ਹੋਰਸ ਨੂੰ ਕੰਚਨ ਨਹੀਂ ਕਰਦਾ ਤੇ ਜੋ ਸਾਧ ਸੰਗਤ ਨੂੰ ਮਿਲਦੇ ਹਨ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਦੇਖੋ ਜਿਹੜੇ ਕਹਿੰਦੇ ਕੰਚਨ ਤਾਂ ਕੰਚਨ ਨੂੰ ਨਹੀਂ ਕੰਚਨ ਕਰਦਾ, ਪਰ ਗੁਰੂ ਸਿੱਖ ਜਿਹੜੇ ਹਨ ਦੂਜੇ ਨੂੰ ਸਿੱਖ ਬਣਾ ਲੈਂਦੇ ਨੇ। ਸੋ ਦੂਜੇ ਨੂੰ ਉਪਦੇਸ਼ ਦੇ ਕੇ ਬਣਾ ਲੈਂਦੇ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਭਾਈ ਭਗੀਰਥ ਜੀ ਆਏ, ਭਾਈ ਭਗੀਰਥ ਕੋਲ ਭਾਈ ਭਾਈ ਮਨਸੁਖ ਜੀ ਆਏ, ਮਨਸੁਖ ਨੇ ਜਾ ਕੇ ਸੰਗਲਾ ਦੀਪ ਵਿੱਚ ਜਾ ਕੇ ਸਿਲੋਨ ਦੇ ਵਿੱਚ ਜਿਹੜਾ ਹੈ ਉਸਦਾ ਰਾਜਾ ਸ਼ਿਵ ਨਾਭ ਹੈ ਉਹਨੂੰ ਵੀ ਸਿੱਖ ਬਣਾ ਲਿਆ। ਸੋ ਦੇਖੋ ਜਿਵੇਂ ਸਿੱਖੀ ਕਿਵੇਂ ਵੱਧਦੀ ਹੈ, ਇੱਕ ਨੂੰ ਉਪਦੇਸ਼ ਦਿੱਤਾ, ਇੱਕ ਨੇ ਦੂਜੇ ਨੂੰ ਦਿੱਤਾ, ਦੂਜੇ ਤੋਂ ਤੀਜੇ ਨੂੰ ਲੱਗ ਗਿਆ। ਸੋ ਰਾਜਾ ਸ਼ਿਵ ਨਾਭ ਨੂੰ ਹੋਇਆ, ਉਹਦਾ ਦੇਸ਼ ਸਿੱਖ ਬਣ ਗਿਆ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਸਿੱਖ ਇੱਕ ਦੂਜੇ ਨੂੰ ਸਿੱਖ ਬਣਾ ਸਕਦਾ ਹੈ, ਪਰ ਜਿਹੜੇ ਕੱਚੇ ਹੁੰਦੇ ਨੇ ਉਹ ਕਿਸੇ ਹੋਰ ਨੂੰ ਆਪਣੀ ਜੈਸਾ ਨਹੀਂ ਬਣਾ ਸਕਦੇ। ਤਾਂ ਉਹਨਾਂ ਦੇ ਮਿਲਣ ਕਰ ਹੋਰਨਾਂ ਨੂੰ ਵੀ ਗੁਰਮਤ ਪ੍ਰਾਪਤ ਹੁੰਦੀ ਹੈ। ਹਾਂ, ਕਹਿਣਗੇ ਜੇ ਗੁਰਸਿੱਖਾਂ ਨੂੰ ਕੋਈ ਮਿਲਦਾ ਹੈ ਉਹਨਾਂ ਨੂੰ ਵੀ ਗੁਰਮਤ ਮਿਲਦੀ, ਉਹਨੂੰ ਵੀ ਗੁਰੂ ਦੀ ਸਿੱਖਿਆ ਮਿਲਦੀ ਹੈ। ਤੇ ਬਾਵਨ ਚੰਦਨ ਹੋਰ ਸਭ ਬਿਰਖ ਨੂੰ ਚੰਦਨ ਕਰਦਾ ਹੈ। ਸੋ ਦੇਖੋ ਬਾਵਨ ਚੰਦਨ ਹਰ ਇੱਕ ਬਿਰਖ ਨੂੰ ਚੰਦਨ ਬਣਾਉਂਦਾ ਹੈ, ਹਰ ਇੱਕ ਨੂੰ ਆਪਣੀ ਵਾਸ਼ਨਾ ਦਿੰਦਾ ਹੈ। ਪਰ ਬਾਂਸ ਦੇ ਵਿੱਚ ਚਾਰ ਵਿਕਾਰ ਹਨ। ਓਕੇ, ਹੁਣ ਦੇਖੋ ਨਹੀਂ ਹੁੰਦਾ। ਓਕੇ, ਹੁਣ ਬਾਂਸ ਜਿਹੜਾ ਬੈਂਬੂ ਆ ਨਾ, ਕਹਿੰਦੇ ਉਹਨੂੰ ਕਿਤੇ ਨਹੀਂ ਸੈਂਡਲਵੁੱਡ ਦੀ ਵਾਸ਼ਨਾ ਆਉਂਦੀ। ਕਿਉਂ ਨਹੀਂ ਆਉਂਦੀ? ਕਹਿੰਦੇ ਸੋ ਚੰਦਨ ਨਹੀਂ ਹੁੰਦਾ, ਕਹਿੰਦੇ ਉਹ ਚੰਦਨ ਨਹੀਂ ਬਣ ਸਕਦਾ। ਉਹ ਜਿਹੜਾ ਹੈ ਭਾਵੇਂ ਚੰਦਨ ਦੇ ਨਾਲ ਹੀ ਖੜਾ ਹੋਵੇ ਬੈਂਬੂ, ਉਹਨੂੰ ਕਿਤੇ ਵੀ ਵਾਸ਼ਨਾ ਫ੍ਰੈਗਨੈਂਸ ਨਹੀਂ ਆਉਂਦੀ ਚੰਦਨ ਦੀ। ਕੀ ਗੱਲ ਕਰਕੇ? ਇੱਕ ਆਪ ਨੂੰ ਵੱਡਾ ਜਾਣਦਾ। ਓਕੇ, ਪਹਿਲੀ ਗੱਲ ਹੈ ਉਹ ਜਿਹੜਾ ਬੈਂਬੂ ਆ ਨਾ ਉਹਦੇ ਵਿੱਚ ਹੰਕਾਰ ਹੈ ਕਿ ਮੈਂ ਬਹੁਤ ਉੱਚਾ ਹਾਂ। ਜੇ ਤੁਸੀਂ ਬੈਂਬੂ ਲਾਓਗੇ ਨਾ, ਬੈਂਬੂ ਬਹੁਤ ਛੇਤੀ ਵੱਧਦਾ, ਉੱਤੇ ਨੂੰ ਜਾਂਦਾ ਹੈ। ਸੋ ਕਹਿੰਦੇ ਬੈਂਬੂ ਨੂੰ ਹੰਕਾਰ ਹੁੰਦਾ ਕਿ ਮੈਂ ਬਹੁਤ ਵੱਡਾ ਹਾਂ, ਆਈ ਐਮ ਦ ਗ੍ਰੇਟੈਸਟ, ਆਈ ਐਮ ਦ ਹਾਈਐਸਟ। ਇਹ ਹੰਕਾਰ ਹੁੰਦਾ ਹੈ। ਪਹਿਲਾਂ ਉਹਦਾ ਔਗਣ ਕੀ ਹੈ ਬੈਂਬੂ ਦਾ? ਉਹ ਲੰਮਾ, ਉਹ ਵੱਡਾ ਹੋਣ ਕਰਕੇ ਹੰਕਾਰ ਕਰਦਾ ਹੈ। ਦੂਜਾ ਵਿੱਚੋਂ ਪੋਲਾ ਹੈ। ਓਕੇ, ਫਿਰ ਦੇਖੋ ਬੈਂਬੂ ਉੱਤੋਂ ਤਾਂ ਜਿਹੜਾ ਸੋਲਿਡ ਲੱਗਦਾ ਹੈ ਪਰ ਅੰਦਰੋਂ ਖਾਲੀ ਹੈ, ਹੋਲੋ ਹੁੰਦਾ ਹੈ। ਕਹਿਣਗੇ ਉਹ ਹੋਲੋ ਹੁੰਦਾ ਹੈ, ਉੱਤੋਂ ਉੱਤੋਂ ਤਾਂ ਬਹੁਤ ਲੱਗਦਾ ਪਰ ਵਿੱਚ ਗੁਣ ਕੋਈ ਵੀ ਨਹੀਂ ਹੁੰਦਾ, ਖਾਲੀ ਹੈ ਗੁਣਾਂ ਤੋਂ। ਤੀਜਾ ਵਿੱਚ ਗੰਢਾ ਹੈ। ਓਕੇ, ਫਿਰ ਤੀਜੀ ਗੱਲ ਉਹਦੇ ਵਿੱਚ ਨੋਟਸ ਹੁੰਦੇ ਨੇ, ਉਹ ਜਿਹੜਾ ਗੰਢਾਂ ਪੰਜਾਂ ਹੁੰਦੀਆਂ ਨੇ। ਸੋ ਬੈਂਬੂ ਦਾ ਹੁੰਦਾ ਹੈ ਵਿੱਚ ਗੰਢ ਪਈ ਹੁੰਦੀ ਹੈ, ਫਿਰ ਦੂਜਾ ਪਾਰਟ ਆਉਂਦਾ ਹੈ। ਕਹਿੰਦੇ ਉਹਦੇ 'ਚ ਗੰਢਾਂ ਪੰਜਾਂ ਹੁੰਦੀਆਂ, ਗੰਢਾਂ ਉਹਦੇ ਵਿੱਚ ਪੰਜਾਂ ਹੁੰਦੀਆਂ ਹਨ। ਚੌਥਾ ਵਰਨ ਦੁਖੀ ਹੈ। ਫਿਰ ਕਹਿੰਦੇ ਬੈਂਬੂ ਦਾ ਚੌਥਾ ਜਿਹੜਾ ਹੈ ਕਮਜ਼ੋਰੀ ਕੀ ਹੈ? ਬੈਂਬੂ ਜਿਹੜਾ ਹੈ ਆਪਣੀ ਵੰਸ਼ ਨੂੰ ਆਪੇ ਮਾਰਨ ਵਾਲਾ ਹੈ। ਸੋ ਜਿਹੜਾ ਹੈ ਸੈਲਫ ਡਿਸਟਰਕਟਿਵ ਹੈ। ਉਹ ਕਿਵੇਂ? ਜਦੋਂ ਬੈਂਬੂ ਦੋ ਖੜੇ ਹੋਣ, ਹਵਾ ਚੱਲਦੀ ਹੋਵੇ, ਉਹ ਬੈਂਬੂ ਨੇ ਇੱਕ ਦੂਜੇ ਨਾਲ ਘੜੀਸ ਕੇ ਉਹਨੇ ਕੀ ਕਰਨਾ ਹੈ? ਫਾਇਰ, ਉਹਨੇ ਫਾਇਰ ਇਗਨਾਈਟ ਕਰ ਦੇਣੀ ਹੈ ਆਪਣੇ ਆਪ ਦੇ ਵਿੱਚੋਂ ਹੀ। ਉਹ ਹੀ ਫਾਇਰ ਆਪ 'ਚੋਂ ਕੱਢੀ ਅਤੇ ਆਪੇ ਸੜ ਕੇ ਸਵਾਹ ਹੋ ਜਾਂਦੇ ਨੇ। ਸੋ ਸੈਲਫ ਡਿਸਟਰਕਟਿਵ ਹੈ। ਇਹ ਚਾਰ ਔਗਣ ਨੇ ਬੈਂਬੂ ਦੇ ਵਿੱਚ ਜੋ ਸ਼ਹੀਦ ਭਾਈ ਮਨੀ ਸਿੰਘ ਨੇ ਇੱਥੇ ਦੱਸੇ ਆਪਾਂ ਨੂੰ। ਜਿਸ ਬਾਂਸ ਨਾਲ ਖਹਿੰਦਾ ਹੈ ਸੋ ਦੋਨੋਂ ਜਲਦੇ ਹੈ। ਹਾਂ, ਕਹਿਣਗੇ ਜਿਹੜੇ ਬਾਂਸ ਨਾਲ ਖਹੇਗਾ, ਉਹਦੇ ਨਾਲ ਟੱਚ ਕਰੇਗਾ, ਉਹਦੇ ਨਾਲ ਜਿਹੜਾ ਘੜੀਸੇਗਾ, ਉਦੋਂ ਉਹਨੂੰ ਖਤਮ ਕਰ ਦੇਗਾ, ਨਾਲੇ ਆਪ ਹੀ ਸੜ ਜਾਏਗਾ। ਸੋ ਇਸੇ ਤਰ੍ਹਾਂ ਜਿਹੜੇ ਬੰਦੇ ਹੁੰਦੇ ਨੇ, ਕਈ ਬੰਦੇ ਇਰਖਾਲੂ ਹੁੰਦੇ ਨੇ, ਕਈ ਬੰਦੇ ਜੈਲਸ ਹੁੰਦੇ ਨੇ, ਕਈ ਬੰਦੇ ਜਿਹੜੇ ਆ ਕਿਸੇ ਨੂੰ ਜਰਦੇ ਨੇ, ਉਹ ਕੀ ਕਰਦੇ ਨੇ? ਉਹ ਕਹਿੰਦਾ ਮੈਂ ਤਾਂ ਮਰਿਆ ਹੀ ਮਰਿਆ, ਇਹਨੂੰ ਕਿਉਂ ਮੈਂ ਜਿਉਂਦਾ ਛੱਡਾਂ? ਆਈ ਵਾਂਟ ਟੂ ਕਿਲ ਹਿਮ ਆਲਸੋ। ਉੱਥੇ ਇੱਕ ਸਾਖੀ ਆਉਂਦੀ ਹੈ, ਕਹਿੰਦੇ ਇੱਕ ਬੰਦਾ ਸੀਗਾ, ਇੱਕ ਪੰਡਿਤ, ਉਹਨੇ ਬਹੁਤ ਭਗਤੀ ਕੀਤੀ ਸ਼ਿਵਾ ਦੀ, ਸ਼ਿਵਾ ਦੀ ਬਹੁਤ ਸਾਰੀ ਭਗਤੀ ਕੀਤੀ। ਸੋ ਸ਼ਿਵਾ ਉਹਦੇ 'ਤੇ ਬਹੁਤ ਖੁਸ਼ ਹੋਇਆ। ਕਹਿੰਦੇ ਸ਼ਿਵਾ ਨੇ ਇੱਕ ਦਿਨ ਆ ਕੇ ਉਹਨੂੰ ਕਿਹਾ ਪੰਡਿਤ ਨੂੰ, ਕਹਿੰਦਾ ਪੰਡਿਤ ਮੰਗ ਕੀ ਤੂੰ ਮੰਗਦਾ ਹੈ, ਨੋ ਵਟ ਯੂ ਵਾਂਟ, ਵਟਸ ਅ ਵਿਸ਼? ਉਹ ਪੰਡਿਤ ਕਹਿਣ ਲੱਗਾ ਨਾ, ਕਹਿੰਦਾ ਐਂ ਕਰੋ, ਕਹਿੰਦਾ ਵੀ ਮੈਨੂੰ ਨਾ ਕਹਿੰਦਾ ਐਸਾ ਹੋਵੇ ਕਿ ਮੈਨੂੰ ਇਹੋ ਜਿਹੀ ਕੋਈ ਚੀਜ਼ ਦਿਉ, ਗਿਵ ਮੀ ਸਮਥਿੰਗ ਦੈਟ ਆਈ ਕੈਨ ਹੋਲਡ ਔਨ ਐਂਡ ਆਸਕ ਫੋਰ ਐਨੀਥਿੰਗ। ਉਹਨੂੰ ਫੜ ਕਰਕੇ ਜੋ ਮੈਂ ਮੰਗਾਂ ਮੈਨੂੰ ਮਿਲ ਜਾਵੇ। ਸੋ ਕੀ ਹੋਇਆ ਜੀ? ਉਹ ਕਹਿੰਦਾ ਤਥਾ ਅਸਤੂ, ਪਰ ਸ਼ਿਵ ਕਹਿੰਦਾ ਇੱਕ ਪ੍ਰੋਬਲਮ ਹੈ ਇਹਦੇ ਵਿੱਚ, ਇੱਕ ਹੋਰ ਤੈਨੂੰ ਕੰਡੀਸ਼ਨ ਹੈ, ਜਿੰਨਾ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਡਬਲ ਮਿਲੇਗਾ। ਕਹਿੰਦਾ ਇਹ ਸ਼ਰਤ ਹੈ, ਕੰਡੀਸ਼ਨ ਇਹੀ ਹੈ ਵੀ ਜਿੰਨਾ ਤੂੰ ਮੰਗੇਗਾ ਡਬਲ ਤੇਰੇ ਗੁਆਂਢੀ ਨੂੰ ਮਿਲਣਾ ਹੈ। ਸੋ ਕੀ ਹੋਇਆ ਜੀ? ਉਹ ਪੰਡਿਤ ਨੇ ਸੋਚਿਆ, ਕਹਿੰਦਾ ਆਈ ਗੋਟ ਦ ਬੋਨ ਬਟ ਨੋ ਯੂਸ, ਜੇ ਮੈਂ ਮੰਗਾਂਗਾ ਮੇਰੇ ਗੁਆਂਢੀ ਨੂੰ ਡਬਲ ਮਿਲੇਗਾ। ਉਹਨੇ ਕੀ ਕੀਤਾ, ਉਹ ਚੱਕ ਕੇ ਨਾ ਟਰੰਕ ਵਿੱਚ ਪਾ ਕੇ ਹੀ ਲੋਕ ਦ ਟਰੰਕ ਐਂਡ ਹੀ ਸੇਡ ਆਹ ਚੀਜ਼ ਕਿਤੇ ਨਹੀਂ ਮੈਂ ਵਰਤਣੀ, ਵਾਈ ਸ਼ੁਡ ਆਈ ਗਿਵ ਟੂ ਦ ਗੁਆਂਢੀ, ਹੀ ਇਜ਼ ਗੋਇੰਗ ਟੂ ਗੈਟ ਦ ਮਾਈ ਨੇਬਰ ਇਜ਼ ਗੋਇੰਗ ਟੂ ਗੈਟ ਡਬਲ, ਉਹਨੂੰ ਡਬਲ ਮਿਲੇਗਾ ਮੈਨੂੰ ਸਿੰਗਲ ਮਿਲਣਾ, ਇਹ ਕਿਵੇਂ ਹੋ ਸਕਦਾ? ਸੋ ਕੀ ਹੋਇਆ ਜੀ? ਉਹਨੇ ਉੱਥੇ ਬੰਦ ਕਰਕੇ ਰੱਖਿਆ।
ਸੋ ਪੰਡਿਤ ਦੇ ਘਰ 'ਚ ਬਹੁਤ ਗਰੀਬੀ ਆ ਗਈ, ਬਹੁਤ ਗਰੀਬ ਹੋ ਗਿਆ। ਪੰਡਿਤ ਬਾਹਰ ਚਲਿਆ ਗਿਆ ਕਿਤੇ ਕਮਾਈ ਕਰਨ ਵਾਸਤੇ। ਉਹਦੀ ਘਰਵਾਲੀ ਨੇ ਇੱਕ ਦਿਨ ਦੇਖਿਆ ਕਿ ਜਿਹੜਾ ਟਰੰਕ ਪਿਆ ਹੈ, ਉਹਨੇ ਖੋਲ੍ਹਿਆ ਟਰੰਕ, ਉਹਦੇ ਵਿੱਚੋਂ ਵੱਟੀ ਨਿਕਲੀ ਆਈ। ਐਂਡ ਸ਼ੀ ਕੁਡ ਰਿਮੈਂਬਰ ਦੈਟ ਉਹਨੂੰ ਸ਼ਿਵਾ ਨੇ ਦਿੱਤੀ ਸੀਗੀ, ਬੂੰਦ ਦਿੱਤਾ ਸੀਗਾ। ਉਹਨੇ ਉਹ ਵੱਟੀ ਕੱਢ ਕੇ ਉਹ ਕਹਿੰਦੀ ਜੇ ਮੈਨੂੰ ਮਿਲ ਵੀ ਜਾਊਗਾ ਅੱਧਾ, ਸੋ ਵਾਟ, ਕਹਿੰਦੀ ਉਹਨੂੰ ਡਬਲ ਮਿਲ ਜੇ, ਕੋਈ ਨਹੀਂ ਮੈਨੂੰ ਤਾਂ ਕੁਛ ਮਿਲੇਗਾ। ਇਹ ਨਾ ਥਿੰਕ ਪੋਜ਼ੀਟਿਵ ਸੀ ਵਿਚਾਰੀ, ਨਾ ਥਿੰਕ ਪੋਜ਼ੀਟਿਵਲੀ। ਉਹਨੇ ਕੀ ਕੀਤਾ ਜੀ, ਉਹ ਵੱਟੀ ਫੜ ਕੇ ਕਹਿੰਦੀ ਮੇਰਾ ਘਰ ਬਣ ਜਾਵੇ। ਉਹਦਾ ਸਿੰਗਲ ਸਟੋਰੀ ਬਣਿਆ, ਦੂਜੇ ਦਾ ਡਬਲ ਸਟੋਰੀ ਬਣ ਗਿਆ। ਹਾਂਜੀ, ਸੋ ਕੀ ਹੋਇਆ, ਉਹ ਕਹਿੰਦੀ ਮੇਰੀ ਇੱਕ ਮੱਝ ਹੋਵੇ ਜਿਹਦਾ ਮੈਂ ਦੁੱਧ ਪਿਆ ਕਰਨਾ ਹੈ, ਇਹਦੀ ਇੱਕ ਹੋ ਗਈਆਂ, ਉਹਦੀਆਂ ਦੋ ਮੱਝਾਂ ਹੋ ਗਈਆਂ। ਇਹਨਾਂ ਸੋ ਉਹਨੇ ਜਿਹੜਾ ਹੈ ਕਹਿੰਦੀ ਮੇਰੇ ਘਰ ਵਿੱਚ ਜਿਹੜਾ ਹੈ ਇੱਕ ਤੋਲਾ ਜਾਂ 10 ਤੋਲੇ ਸੋਹਣਾ ਹੋ ਜਾਵੇ, ਉਹਦੇ 20 ਤੋਲੇ ਹੋ ਗਿਆ। ਸੋ ਇਸਦਾ ਬਹੁਤ ਕੁਛ ਮੰਗ ਲਿਆ ਜੀ। ਸਡਨਲੀ ਵਨ ਡੇ ਦਾ ਪੰਡਿਤ ਕੀ ਮੈਕ, ਉਹ ਪੰਡਿਤ ਨੇ ਦੇਖਿਆ ਕਿ ਇਹਦਾ ਘਰ ਛੋਟਾ, ਉਹਦਾ ਵੱਡਾ। ਉਹ ਕਹਿੰਦਾ ਮੇਰੀ ਘਰਵਾਲੀ ਨੇ ਕਰਤਾ ਕੰਮ। ਹਾਂਜੀ, ਜਾ ਕੇ ਘਰਵਾਲੀ ਨੂੰ ਬਹੁਤ ਗੁੱਸੇ ਹੋਇਆ, ਕਹਿੰਦਾ ਤੂੰ ਐਸਾ ਕਿਉਂ ਕੀਤਾ? ਉਹ ਕਹਿੰਦੀ ਕੀ ਫਰਕ ਪੈਂਦਾ, ਹੁਣ ਮੈਂ ਵੀ ਫਰ ਕੇ ਖਾਂਦੀ ਪੀਂਦੀ ਹਾਂ, ਉਹ ਵੀ ਖਾਂਦੇ ਪੀਂਦੇ ਆ, ਸੋ ਵਾਟ, ਯੂ ਨੋ, ਨਹੀਂ ਤਾਂ ਆਪਾਂ ਦੋ ਵੀ ਦੁਖੀ ਹੋਵਾਂਗੇ। ਉਹ ਕਹਿੰਦਾ ਨਹੀਂ, ਐਸਾ ਨਹੀਂ ਹੋ ਸਕਦਾ। ਇਹਨੇ ਕੀ ਕੀਤਾ, ਵੱਟੀ ਕੱਢੀ ਗੁੱਸੇ ਦੇ ਨਾਲ, ਕਹਿੰਦਾ ਮੇਰਾ ਘਰ ਢਹਿ ਜਾਵੇ, ਇਹਦਾ ਸਿੰਗਲ ਸਟੋਰੀ ਢਾਇਆ, ਉਹਦਾ ਡਬਲ ਸਟੋਰੀ ਗਿਆ। ਸੋ ਨੁਕਸਾਨ ਵੀ ਡਬਲ ਹੀ ਹੋਣਾ ਸੀ ਨਾ। ਸੋ ਉਹ ਕਹਿੰਦਾ ਮੇਰੀ ਮੱਝ ਮਰ ਜਾਵੇ, ਉਹਦੀ ਇੱਕ ਮਰੀ, ਉਹਦੀਆਂ ਦੋ ਮਰ ਗਈਆਂ। ਸੋ ਕੀ ਹੋਇਆ, ਕਹਿੰਦਾ ਫਿਰ ਮੇਰੇ ਘਰ ਦੇ ਵਿੱਚ ਇੱਕ ਖੂਹੀ ਬਣ ਜਾਵੇ, ਉਹਦੇ ਦੋ ਬਣ ਗਈਆਂ ਖੂਹੀਆਂ, ਵੈਲ। ਸੋ ਇਹਦੇ ਘਰ 'ਚ ਇੱਕ ਵੈਲ, ਉਹਦੀ ਦੋ ਵੈਲ। ਕਹਿੰਦਾ ਮੈਂ ਕਾਣਾ ਹੋ ਜਾਵਾਂ, ਯੂ ਨੋ, ਵਨ ਆਈ ਗੋਨ, ਕਾਣਾ ਮੀਨਸ ਇਹ ਵਨ ਆਈ ਬਲਾਈਂਡ। ਹਾਂਜੀ, ਸੋ ਕਹਿੰਦਾ ਮੇਰੀ ਇੱਕ ਅੱਖ ਖਰਾਬ ਹੋ ਜਾਵੇ। ਉਹ ਗੁਆਂਢੀ ਤਾਂ ਅੰਨਾ ਹੀ ਹੋ ਗਿਆ ਵਿਚਾਰਾ, ਯੂ ਨੋ, ਅਤੇ ਉਹ ਕੀ ਕੀਤਾ ਵਿਚਾਰਾ, ਅੰਨਾ ਹੋ ਕੇ ਖੂਹ 'ਚ ਡਿੱਗ ਪਏ, ਉੱਥੇ ਉਹ ਮਰ ਗਿਆ। ਸੋ ਕਹਿੰਦੇ ਬੰਦਿਆਂ ਦਾ ਇਹ ਹਾਲ ਹੈ। ਸੋ ਦਿਸ ਇਜ਼ ਵਾਟ ਪੀਪਲ ਥਿੰਕ। ਉਹ ਕਹਿੰਦੇ ਮੇਰਾ ਕੁਛ ਬਣੇ ਨਾ ਬਣੇ, ਦੂਜੇ ਦਾ ਨਹੀਂ ਬਣਨਾ ਚਾਹੀਦਾ। ਆਲਦੋ ਆਈ ਹੈਵ ਟੂ ਡੂ ਸਮਥਿੰਗ, ਨੈਵਰ ਮਾਈਂਡ, ਬਟ ਆਈ ਵਿਲ ਨੈਵਰ ਲੈਟ ਅਦਰ ਪੀਪਲ ਟੂ ਡੂ ਬੈਟਰ ਦੈਨ ਇਨ ਐਨੀ ਵੇ। ਇਹ ਈਰਖਾ ਹੁੰਦੀ ਹੈ। ਸੋ ਇਹ ਈਰਖਾ ਜਿਹੜੀ ਆ ਸਾਰੇ ਕਿਤੇ ਹੁੰਦੀ ਆ। ਹਾਂਜੀ, ਤੁਸੀਂ ਆਫਿਸ ਜਾਓਗੇ ਉੱਥੇ ਹੁੰਦੀ ਆ, ਘਰਾਂ ਵਿੱਚ ਹੁੰਦੀ ਹੈ। ਹਾਂਜੀ, ਜੇ ਜਥਿਆਂ ਵਿੱਚ ਹੋਊਗੇ ਜਥਿਆਂ ਵਿੱਚ ਹੁੰਦੀ ਹੈ। ਕਿਤੇ ਵੀ ਚਲ ਜਾਓ ਜੀ, ਜੋ ਮਰਜ਼ੀ ਕਰ ਲਓ, ਦਿਸ ਇਜ਼ ਵਾਟ ਯੂ ਵਿਲ ਫਾਈਂਡ। ਸਾਰੇ ਕਿਤੇ ਇਹੀ ਈਰਖਾ ਹੈ। ਜੇ ਤੁਸੀਂ ਸੇਵਾ ਵੀ ਕਰ ਲਓ, ਉਹਦੀ ਵੀ ਜੈਲਸੀ ਹੁੰਦੀ ਆ ਵੀ ਇਹਨੇ ਇੰਨੀ ਸੇਵਾ ਕਰ ਲਈ, ਮੈਂ ਥੋੜ੍ਹੀ ਕੀਤੀ ਆ, ਹੈਵ ਟੂ ਡੂ ਮੋਰ। ਜੇ ਤੁਸੀਂ ਕਹਿ ਦਿਓ ਕਿਸੇ ਨੂੰ ਮੈਂ ਅੱਜ 5 ਜਪਜੀ ਸਾਹਿਬ ਦੇ ਪੜ੍ਹ ਕੇ, ਆਈ ਐਮ ਸ਼ੋਰ ਦੈਟ ਵਿਲ ਗੋ ਬੈਕ ਐਂਡ ਡੂ 6। ਹਾਂਜੀ, ਵੀ ਮੈਂ ਜ਼ਿਆਦਾ ਕਰਾਂ, ਮੈਂ ਕਿਉਂ ਪਿੱਛੇ ਰਹਾਂ? ਹਾਂਜੀ, ਜੇ ਇਹਨੂੰ ਗੁਰੂ ਮਿਲ ਗਿਆ ਤਾਂ ਮੈਨੂੰ ਨਾ ਮਿਲਿਆ ਫਿਰ ਕੀ ਹੋਊਗਾ? ਹੈਨਾ, ਉਹ ਕੋਈ ਕਹਿੰਦਾ ਮੈਂ ਅੰਮ੍ਰਿਤ ਇੱਕ ਵਾਰੀ ਛਕਿਆ, ਨਹੀਂ ਮੈਂ 10 ਵਾਰੀ ਛਕਿਆ, ਹੈਨਾ, ਉਹ ਵੀ ਹੰਕਾਰ ਵਾਲੀ ਗੱਲ ਆ ਵੀ ਉਹਨੇ ਇੱਕ ਵਾਰੀ ਛਕਿਆ, ਮੈਂ 10 ਵਾਰੀ ਛਕਿਆ। ਹਾਂਜੀ, ਮੈਂ ਜਿੱਥੇ ਅੰਮ੍ਰਿਤ ਛਕਦੇ ਮੈਂ ਚੂਲਾ ਲੈਂਦਾ ਜੀ, ਜਾ ਕੇ ਮੈਂ ਚੂਲਾ ਲੈਂਦਾ। ਵਾਹ, ਕਿੰਨੀ ਵਾਰੀ ਚੂਲਾ ਲਿਆ? ਉਹ ਬਹੁਤ ਵਾਰੀ ਮੈਂ ਚੂਲਾ ਲੈ ਲਿਆ। ਹਾਂ, ਦੇਖੋ ਕੰਪੀਟੀਸ਼ਨ ਆ ਨਾ, ਹਰ ਇੱਕ ਗੱਲ ਦਾ ਕੰਪੀਟੀਸ਼ਨ। ਯੂ ਨੋ ਦ ਕੰਪੀਟੀਸ਼ਨ ਕਮਸ ਬਿਕੋਜ਼ ਵੈਨ ਯੂ ਆਰ ਯੰਗ, ਯੋਰ ਪੇਰੈਂਟਸ ਟੀਚ ਯੂ ਹਾਊ ਟੂ ਕੰਪੀਟ, ਹੈ ਨਾ। ਇਹੀ ਗੱਲ ਹੈ, ਛੋਟੇ ਹੁੰਦਿਆਂ ਨੂੰ ਕਹਿੰਦੇ ਆ ਬੱਚੇ ਤੂੰ ਕਰ ਲਾ, ਇਹਨੇ ਮੂਹਰੇ ਲੰਘ ਜਾਣਾ, ਉਹਨੇ ਕਰ ਲੈਣਾ। ਉਹ ਸਾਰੀ ਉਮਰ ਦਾ ਕੰਪੀਟੀਸ਼ਨ ਦਾ ਅੰਦਰ ਹੀ ਬੈਠਾ ਰਹਿੰਦਾ ਵੀ ਮੈਂ ਕੰਪੀਟ ਕਰ ਰਿਹਾ, ਮੈਂ ਕੰਪੀਟ। ਹੁਣ ਜਿਵੇਂ ਆਪਾਂ ਗੱਡੀ 'ਚ ਆਉਂਦੇ ਹਾਂ, ਰਾਈਟ, ਤੁਹਾਨੂੰ ਕੋਈ ਓਵਰਟੇਕ ਕਰ ਗਿਆ, ਉਹ ਹਾਊ ਕੈਨ ਹੀ ਓਵਰਟੇਕ, ਕੈਨ ਨਾਟ ਬੀ। ਤੁਸੀਂ ਵੀ ਹੁਣ ਓਵਰਟੇਕ ਕਰਨਾ ਹੈ, ਉਹਨੇ ਇੱਕ ਹੌਰਨ ਮਾਰਿਆ, ਤੁਸੀਂ ਦੋ ਹੌਰਨ ਮਾਰਨੇ ਆ ਉਹਨੂੰ, ਰਾਈਟ। ਉਹਨੇ ਇੱਕ ਗਾਲ ਕੱਢੀ, ਤੁਸੀਂ 4 ਕੱਢਣੀ ਆ, ਕਰੈਕਟ। ਉਹ ਕੰਪੀਟੀਸ਼ਨ ਹੈ ਨਾ, ਕਿਵੇਂ ਆਪਣੇ ਤੋਂ ਸਾਹਮਣੇ ਕੋਈ ਹੋ ਸਕਦਾ, ਯੂ ਨੋ। ਸੋ ਦਿਸ ਇਜ਼ ਹਾਊ ਵੀ ਆਰ ਬ੍ਰੋਟ ਅਪ। ਸੋ ਸੇਮ ਮੈਂਟੈਲਿਟੀ ਲੈ ਕੇ ਆਪਾਂ ਤੁਰੇ ਰਹਿੰਦੇ ਹਾਂ। ਸੋ ਕਹਿੰਦੇ ਕਿਸੇ ਨੂੰ ਜਰਨਾ ਨਹੀਂ। ਸੋ ਇਹੀ ਹੁੰਦਾ ਸੈਲਫ ਡਿਸਟਰਕਟਿਵ, ਸੈਲਫ ਡਿਸਟਰਕਟਿਵ। ਉਹਨਾਂ ਵੀ ਉਹਦਾ ਵੀ ਨੁਕਸਾਨ ਹੋਣਾ, ਮੇਰਾ ਵੀ ਹੋ ਜਾਵੇ, ਕੋਈ ਗੱਲ ਨਹੀਂ, ਐਂਡ ਦ ਪਰਸਨ ਫੀਲਸ ਵੈਰੀ ਹੈਪੀ, ਯੂ ਨੋ, ਤੇ ਮੇਰਾ ਥੋੜ੍ਹਾ ਹੋਇਆ, ਉਹਦਾ ਜ਼ਿਆਦਾ ਹੋਇਆ। ਠੀਕ, ਆਈ ਸਟਿਲ ਵਾਂਟ ਦ ਗੇਮ। ਫਿਰ ਉਹਨਾਂ ਦੇ ਨਾਲ ਬਨਸਪਤੀ ਵੀ ਜਲ ਜਾਂਦੀ ਹੈ। ਹਾਂ, ਕਹਿਣ ਲੱਗੇ ਜਿੱਥੇ ਦੋ ਬੈਂਬੂ ਹੋਣ, ਉਹ ਖਹਿ ਖਹਿ ਕੇ ਇੱਕ ਦੂਜੇ ਨੂੰ ਤਾਂ ਸਾੜਦੇ ਆ, ਬਾਕੀ ਸਾਰੇ ਜੰਗਲ ਨੂੰ ਸਾੜ ਦਿੰਦੇ ਆ ਤੇ ਹੇਸ ਕਰ ਦਿੰਦੇ, ਜਿਵੇਂ ਅੱਜ ਹੋਈ ਪਈ ਆ ਜੀ ਸਾਰੇ। ਹਾਂਜੀ, ਕਿੰਨੇ ਦਿਨ ਹੋ ਗਏ ਆਪਾਂ ਹੇਸ ਨਾਲ ਔਖੇ ਹੁੰਦੇ ਆ, ਇਹ ਵੀ ਕੋਈ ਬੈਂਬੂ ਹੀ ਹੋਣਾ ਹੈ। ਹਾਂਜੀ, ਇੰਡੋਨੇਸ਼ੀਆ ਦਾ। ਫਿਰ ਪਰ ਗੁਰੂ ਕੇ ਸਿੱਖ ਚੇਤਨ ਹੈ। ਹਾਂ, ਕਹਿੰਦੇ ਪਰ ਗੁਰੂ ਦੇ ਸਿੱਖ ਚੇਤਨ ਨੇ। ਗੁਰੂ ਦੇ ਸਿੱਖ ਜਿਹੜੇ ਉਹ ਕੌਨਸ਼ੀਅਸ ਹੁੰਦੇ ਨੇ, ਉਹਨਾਂ ਨੂੰ ਪਤਾ ਇਹ ਗੱਲਾਂ ਹੁੰਦੀਆਂ ਨੇ, ਉਹ ਬਚਦੇ ਨੇ ਇਹ ਗੱਲਾਂ ਤੋਂ। ਆਪਣੀ ਬ੍ਰਿਤ ਦੇ ਜੋ ਸਾਖੀ ਹੁੰਦੇ ਹਨ ਤੇ ਖੋਟੀ ਬ੍ਰਿਤ ਛੋੜ ਦਿੰਦੇ ਹਨ। ਹਾਂ, ਦੇਖੋ ਕਹਿੰਦੇ ਆਪਣੀ ਬ੍ਰਿਤ ਜੋ ਹੈ ਸਾਖੀ ਹੁੰਦੇ ਹਨ। ਸਿੱਖ ਵਾਸਤੇ ਉਹ ਇਹ ਜਾਣਦਾ ਹੈ ਕਿ ਗੁਰੂ ਨਾਨਕ ਮੇਰੇ ਹਰ ਇੱਕ ਤੁੱਟ ਨੂੰ ਸੁਣ ਰਿਹਾ ਹੈ, ਦੇਖ ਰਿਹਾ ਹੈ। ਸੋ ਸਿੱਖ ਜਦੋਂ ਤੁੱਟ ਉਠਾਏਗਾ ਨਾ, ਉਹ ਕਹਿੰਦਾ ਸਾਖੀ, ਸਾਖੀ ਮੀਨ ਵਿਟਨੈਸ, ਗੁਰੂ ਮੇਰਾ ਵਿਟਨੈਸ ਬੈਠਾ ਹੈ, ਉਹ ਦੇਖ ਰਿਹਾ ਹੈ। ਸੋ ਮੈਂ ਮਾੜਾ ਤਾਂ ਨਹੀਂ ਲੈ ਕੇ ਆਉਣਾ, ਮੈਂ ਕਿਸੇ ਦਾ ਮਾੜਾ ਨਹੀਂ ਸੋਚਣਾ। ਪਰ ਕਹਿੰਦੇ ਜਿਹੜੇ ਦੂਜੇ ਹੁੰਦੇ ਨੇ, ਕਹਿੰਦੇ ਉਹ ਖੋਟੀ ਬ੍ਰਿਤ ਛੋੜ ਦਿੰਦੇ। ਫਿਰ ਕੀ ਹੁੰਦਾ, ਸਿੱਖ ਐਸਾ ਕਰਦਿਆਂ ਕਰਦਿਆਂ ਉਹ ਖੋਟੀ ਬ੍ਰਿਤੀ ਨੂੰ ਛੱਡ ਦਿੰਦਾ ਹੈ, ਉਹ ਭੈੜੀ ਸੋਚਣੀ ਨੂੰ ਛੱਡ ਦਿੰਦਾ ਹੈ। ਬਿਕੋਜ਼ ਹੀ ਨੋਸ, ਬਿਕੋਜ਼ ਆਪਾਂ ਕਿਉਂ ਮਾੜਾ ਕਿਸੇ ਦਾ ਸੋਚਦੇ ਹਾਂ ਆਪਣੇ ਦਿਲ ਵਿੱਚ? ਬਿਕੋਜ਼ ਯੂ ਨੋ ਦ ਪਰਸਨ ਵਿਲ ਨੈਵਰ ਨੋ ਅਬਾਊਟ ਇਟ, ਰਾਈਟ। ਆਪਾਂ ਨੂੰ ਇਹੀ ਹੈ ਨਾ ਹੌਸਲਾ ਕਿ ਮੇਰੇ ਵਿੱਚ ਮੈਂ ਸੋਚ ਲਵਾਂ, ਆਈ ਸ਼ੁੱਡ ਮੇਕ ਮਾਈਸੈਲਫ ਹੈਪੀ ਐਂਡ ਦ ਪਰਸਨ ਵਿਲ ਨੈਵਰ ਨੋ। ਕਿੰਨੀ ਚੰਗੀ ਗੱਲ ਆਵੇ, ਚੰਗੀ ਚੰਗੀ ਡੀਲ ਆ ਨਾ। ਆਪਾਂ ਗਾਲਾਂ ਵੀ ਉਹਨੂੰ ਜਾਸ ਕੱਢ ਲਈਆਂ ਦਿਲ 'ਚ ਤੇ ਉਹਨੂੰ ਪਤਾ ਵੀ ਨਹੀਂ ਨਾ ਲੱਗਿਆ।
ਤੇ ਸਾਹਮਣੇ ਆਇਆ ਹੱਸ ਕੇ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ ਹਾਂਜੀ ਵੈਰੀ ਗੁੱਡ ਹੈ, ਹਾਂਜੀ ਐਂ ਨਹੀਂ ਪਤਾ ਇਹਨੂੰ ਸੌ ਗਾਲਾਂ ਕੱਢ ਕੇ ਆਇਆ ਹਜੇ ਹੁਣੇ, ਹਾਂਜੀ। ਸੋ ਇਹੀ ਆਪਣਾ ਉਹ ਚੀਜ਼ ਹੁੰਦੀ ਹੈ ਨਾ, ਕਿਉਂਕਿ ਆਪਾਂ ਇਹੀ ਸੋਚਦੇ ਹਾਂ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ, ਪਰ ਸਿੱਖ ਵਾਸਤੇ ਕੀ ਹੈ, ਉਹ ਕਹਿੰਦਾ ਮੇਰਾ ਗੁਰੂ ਅੰਦਰ, ਪਰਮਾਤਮਾ ਅੰਦਰ ਬੈਠਾ ਹੈ। ਇਫ ਆਈ ਨਿਊ ਦੈਟ ਆਈ ਐਮ ਡੂਇੰਗ ਦਿਸ, ਮਾਈ ਪਰਮਾਤਮਾ ਨੂੰ ਦੇਖੋ, ਇਹ ਹੁੰਦਾ ਨਾ ਸਾਖੀ, ਇਫ ਯੂ ਨੋ ਦੈਨ ਮੀ ਗੋਡ ਨੋਸ, ਹਾਂਜੀ। ਸੋ ਇਸ ਕਰਕੇ ਕਹਿੰਦਾ ਜਦੋਂ ਐਸਾ ਕਰੀ ਜਾਂਦਾ ਨਾ ਸਿੱਖ, ਉਹ ਆਪਣੀਆਂ ਬੁਰਾਈਆਂ ਨੂੰ ਖਤਮ ਕਰ ਦਿੰਦਾ ਹੈ, ਉਹਨਾਂ ਦਾ ਵੀ ਕਲਿਆਣ ਹੋ ਜਾਂਦਾ ਹੈ, ਫਿਰ ਉਹਨਾਂ ਦਾ ਵੀ ਕਲਿਆਣ ਹੋ ਜਾਂਦਾ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਪਰ ਜੋ ਗੁਰੂ ਕੇ ਸਿੱਖਾਂ ਦਾ ਸੰਗ ਕਰਦਾ ਹੈ, ਪਰ ਜੋ ਗੁਰੂ ਦੇ ਸਿੱਖਾਂ ਦੀ ਸੰਗਤ ਕਰਦਾ ਹੈ ਨਾ ਕੋਈ, ਫਿਰ ਉਹ ਕੁਸੰਗ ਵਿੱਚ ਖੜਾ ਨਹੀਂ ਹੁੰਦਾ, ਫਿਰ ਉਹ ਕੁਸੰਗਤ ਵਿੱਚ ਨਹੀਂ ਜਾਂਦਾ, ਉਹ ਜਿਹੜਾ ਹੈ ਕਿਤੇ ਵੀ ਭੈੜੀ ਸੰਗਤ 'ਚ ਨਹੀਂ ਜਾਂਦਾ, ਉਹਦਾ ਜੀ ਨਹੀਂ ਲੱਗਦਾ। ਜਿਵੇਂ ਕਈ ਵਾਰੀ ਕਈਆਂ ਨੂੰ ਸੰਗਤ ਵਿੱਚ ਨਹੀਂ ਜੀ ਲੱਗਦਾ, ਕਈਆਂ ਨੂੰ ਕੋਈ ਸੰਗਤ ਭੈੜੀ ਸੰਗਤ 'ਚ ਨਹੀਂ ਜੀ ਲੱਗਦਾ। ਸੋ ਬੰਦੇ ਆਪੋ ਆਪਣੇ ਆ, ਹਾਂਜੀ। ਸੋ ਇਹ ਬਿਰਤੀ ਹੈ ਜੋ ਆਪਾਂ ਆਪਣੇ ਆਪ ਨੂੰ ਚੇਂਜ ਕਰਨਾ, ਆਪਣੇ ਆਪ ਨੂੰ ਡਿਵੈਲਪ ਕਰਨਾ। ਸੋ ਅੱਜ ਦੀ ਜਿਹੜੀ ਪੌੜੀ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਾਂ ਨੂੰ ਜਿਹੜਾ ਹੈ ਇੱਥੇ ਅਰਥਾਂ ਵਿੱਚ ਵੀ ਦੱਸਿਆ, ਅਤੇ ਭਾਈ ਗੁਰਦਾਸ ਦੀ ਵਾਰ ਜਿਹੜੀ ਆਪਾਂ ਨੂੰ ਸਮਝਾ ਰਹੀ ਹੈ ਵੀ ਗੁਰੂ ਨਾਨਕ ਇਜ਼ ਦਾ ਗ੍ਰੇਟੈਸਟ ਗੁਰੂ, ਗੁਰੂ ਤੋਂ ਵੱਡਾ, ਗੁਰੂ ਨਾਨਕ ਤੋਂ ਵੱਡਾ ਕੋਈ ਵੀ ਨਹੀਂ ਹੈ। ਸੋ ਕੋਈ ਵੀ ਤੁਹਾਨੂੰ ਨਹੀਂ ਮਿਲਣਾ ਐਡਾ ਵੱਡਾ ਗੁਰੂ, ਕਿਤੇ ਨਹੀਂ ਤੁਹਾਨੂੰ ਮਿਲਣਾ, ਹਾਂਜੀ। ਸੋ ਉਹੀ ਇੱਕ ਗੁਰੂ ਹੈ, ਬਾਕੀ ਤਾਂ ਸਾਰੇ ਪਖੰਡ ਨੇ, ਹਾਂਜੀ। ਕੋਈ ਗੁਰੂ ਬਣ ਜਾਂਦਾ, ਕੋਈ ਕਹਿੰਦਾ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਇਟਸ ਆਲ ਲਾਏ। ਉਸ ਦੇ ਜਿਹੜਾ ਹੈ ਵਾਈਟ ਲਾਏ, ਬਲੈਕ ਲਾਏ, ਪਤਾ ਨਹੀਂ ਕੀ ਕਲਰ ਦੇ ਲਾਏ ਕਰਦੇ ਨੇ, ਮੈਨੂੰ ਨਹੀਂ ਪਤਾ, ਹਾਂਜੀ। ਸੋ ਇਹ ਸਾਰਾ ਲਾਏ ਹੁੰਦਾ, ਹਾਂਜੀ। ਸੋ ਸਾਰਾ ਪੋਚਾ ਮਾਰਨ ਵਾਲਾ ਕੰਮ ਹੁੰਦਾ ਹੈ, ਲੋਕਾਂ ਨੂੰ ਪਿੱਛੇ ਲਾਉਣਾ, ਹਾਂਜੀ। ਉਹ ਕਿਉਂ ਪਿੱਛੇ ਲਾਉਂਦੇ ਨੇ, ਹਾਂਜੀ, ਕਿਉਂਕਿ ਉਹਨਾਂ ਨੂੰ ਫੇਮ ਚਾਹੀਦਾ, ਮਾਇਆ ਚਾਹੀਦੀ ਆ, ਉਹਨਾਂ ਨੇ ਫੇਮਸ ਹੋਣਾ ਹੈ, ਉਹਨਾਂ ਨੂੰ ਚੇਲੇ ਚਾਹੀਦੇ ਨੇ। ਦਿਸ ਇਜ਼ ਹਾਊ ਪੀਪਲ ਗੇਜ ਦੈਮਸੈਲਫ, ਵੀ ਮੇਰੇ ਕੋਲ ਕਿੰਨੇ ਕੁ ਚੇਲੇ ਨੇ। ਸੋ ਇਹ ਗੱਲਾਂ 'ਚ ਨਹੀਂ ਪੈਣਾ, ਸੋ ਉਹਨਾਂ ਦੇ ਪਿੱਛੇ ਵੀ ਨਹੀਂ ਲੱਗਣਾ, ਸਿਰਫ ਗੁਰੂ ਨੂੰ ਮੰਨਣਾ ਹੈ। ਗੁਰੂ ਨਾਨਕ ਇਜ਼ ਦਾ ਗ੍ਰੇਟੈਸਟ ਗੁਰੂ, ਜਸਟ ਰਿਮੈਂਬਰ ਹਿਮ, ਐਂਡ ਨੋ ਬੋਡੀ ਕੈਨ ਬੀਟ ਹਿਮ, ਨੋ ਕੈਨ ਬੀ ਹਾਇਰ ਦੈਨ ਹਿਮ। ਸੋ ਇਹ ਭਰੋਸਾ ਇੱਕ ਸਿੱਖ ਦਾ ਹੈ, ਹਾਂਜੀ। ਬਗਲਾ ਹੰਸਨਾ ਹੋਵਈ, ਮਾਨ ਸਰੋਵਰ ਜਾਏ ਖਲੋਈ, ਵੀਹਾਂ ਦੇਵਰ ਤਾਰੇ ਓਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।